ਵਾਲਾਂ ਦਾ ਝੜਨਾ ਉਮਰ ਤੋਂ ਪਹਿਲਾਂ ਹੀ ਵਾਲ ਸਫੇਦ ਹੋ ਜਾਣਾ ਜਾਂ ਸਿਕਰੀ ਇਹ ਸਾਰੀਆਂ ਪ੍ਰੋਬਲਮਾਂ ਦੇ ਹੱਲ ਹੁੰਦੇ ਨੇ ਫਿਰ ਬਿਲਕੁਲ ਹੁੰਦੇ ਆ ਤੁਹਾਡਾ ਜਿਹੜਾ ਗਰੋ ਅਪ ਪਲੱਸ ਤੇਲ ਹੈਗਾ ਆ ਜੀ ਇਸ ਟਾਈਮ ਪੂਰੇ ਵਰਲਡ ਵਿੱਚ ਫੇਮਸ ਹੋ ਗਿਆ ਹੈ ਆ ਜੀ ਕਈ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਤੇਲ ਕਿਹੜਾ ਬਣਾਉਂਦੇ ਹੋ ਸਿੱਧਾ ਪੁੱਛਦੇ ਆਂ ਵਾਲਾਂ ਦਾ ਤੇਲ ਤੁਹਾਡੇ ਕੋਲ ਲੈਣ ਆਏ ਹੈਗੇ ਸ਼ਰਟ ਕੋ ਬਾਹਰਲੇ ਫੋਰਨਰ ਤੋਂ ਕਾਫੀ ਕਾਗ ਪਹੁੰਚ ਰਹੇ ਆ ਪੂਰੇ ਇੰਡੀਆ ਦੇ ਵਿੱਚੋਂ ਕੈਂਥਲ ਤੋਂ ਕਦੇ ਕਿਤੇੋਂ ਆ ਰਹੇ ਰਾਜਸਥਾਨ ਤੋਂ ਬੰਦੇ ਚੱਲ ਕੇ ਆ ਰਹੇ ਆ ਫੋਨ ਵੀ ਨਹੀਂ ਸਾਨੂੰ ਕਰਕੇ ਆ ਨੇ ਸਾਨੂੰ ਬੜਾ ਦੁੱਖ ਲੱਗਾ ਰਾਤ ਨੂੰ 9-9 ਵਜ ਜਾਂਦੇ ਸਾਨੂੰ ਇੱਥੇ ਜਾਣ ਨੂੰ ਘਰ ਲੋਕਾਂ ਦਾ ਦੇਖੋ ਬਾੜਾ ਤੋਂ ਝੜਨ ਤੋਂ ਰੁਕੇ ਹੈਗੇ ਆ ਇਹਦੇ ਨਾਲ ਗੰਜਾਪਨ ਵੀ ਠੀਕ ਹੋ ਰਿਹਾ ਬੜੀ ਖੁਸ਼ੀ ਹੋਈ ਆ ਜਦੋਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਤੁਹਾਡੇ ਤੇਲ ਦੇ ਨਾਲ ਸਾਡੇ ਬਾਲ ਆ ਗਏ ਆ ਝੜਨ ਤੋਂ ਰੁਕੇ ਆ ਸੰਘਣੇ ਹੋ ਗਏ ਆ ਚਿੱਟਿਆਂ ਤੋਂ ਕਾਲੇ ਹੋ ਗਏ ਆ ਕੁਛ ਵੀ ਭਲੇ ਆਏ ਸੀ ਤੁਹਾਡੇ ਸਾਹਮਣੇ ਅਮਰੀਕਾ ਤੋਂ ਬੰਦੇ ਆਏ ਹੋਏ ਸੀਗੇ ਤਿੰਨ ਬੰਦੇ ਆਏ ਸੀ ਅਮਰੀਕਾ ਤੋਂ ਮੈਨੂੰ ਫੋਨ ਕਰਦੇ ਨੇ ਮੇਰੇ ਕੋਲ ਫੋਨ ਉਹਨਾਂ ਦਾ ਅਟੈਂਡ ਨਹੀਂ ਹੋਇਆਗਾ ਮੈਨੂੰ ਕਹਿੰਦੇ ਸਰ ਤੁਹਾਨੂੰ ਅਸੀਂ ਬਾਹਰੋਂ ਫੋਨ ਕਰਦੇ ਸੀ ਉਹ ਕੁਦਰਤੀ ਇੱਧਰ ਇੰਡੀਆ ਵਿੱਚ ਆਏ ਹੋਏ ਸੀਗੇ ਤੇ ਇੰਡੀਆ ਵਿੱਚ ਆ ਕੇ ਮੇਰੇ ਕੋਲ ਹੁਣ ਔਇਲ ਲੈ ਕੇ ਗਏ ਆ ਕੀ ਪ੍ਰੋਬਲਮ ਸੀ ਮੈਂ ਮੈਂ ਤੁਹਾਨੂੰ ਮੈਨੂੰ ਐਕਚੁਅਲੀ ਡੈਂਟ੍ਰਫ ਸੀਗਾ ਬਹੁਤ ਜ਼ਿਆਦਾ ਤੇ ਮੇਰੇ ਵਾਲ ਵੀ ਝੜਦੇ ਪਏ ਸੀ ਬਹੁਤ ਜ਼ਿਆਦਾ ਤੇ ਫਿਰ ਮੇਰੇ ਫਰੈਂਡਸ ਸੀ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਤਾਂ ਵੀ ਮੈਨੂੰ ਵੀ ਹੁਣ 1 1/2 ਮੰਥ ਹੋ ਗਿਆ ਵਾ ਤੇ ਹੁਣ ਡੈਂਡਰਫ ਤਾਂ ਹੁਣ ਬਿਲਕੁਲ ਹੈ ਨਹੀਂਗਾ ਤੇ ਹੁਣ ਮੈਂ ਵੀ ਅੱਜ ਫੇਰ ਦੁਬਾਰਾ ਲੈਣ ਆਈ ਸੀ ਤੇਲ ਮੈਮ ਕੀ ਪ੍ਰੋਬਲਮ ਸੀ ਵਾਲਾਂ ਦੀ ਤੁਹਾਨੂੰ ਪਹਿਲਾਂ ਦਾ ਹਾਂਜੀ ਮੈਨੂੰ ਨਾਲ ਮੇਰੇ ਵਾਲ ਜਿਆਦਾ ਬਹੁਤ ਜਿਆਦਾ ਗਿਰਦੇ ਸੀਗੇ ਤੇ ਸਫੇਦ ਸੀ ਤੇ ਮੈਂ ਜਦੋਂ ਤੋਂ ਇਹ ਤੇਲ ਵਰਤਣਾ ਸ਼ੁਰੂ ਕੀਤਾ ਤੇ ਬਹੁਤ ਜਿਆਦਾ ਫਰਕ ਪਿਆ ਆ ਕੋਲ ਨੇਚੁਰਲ ਆ ਜੇ ਕਹਿ ਦੀ ਆਪਾਂ ਗੱਲ ਦੇਖੋ ਜੀ 100% ਨੇਚੁਰਲ ਆ ਕੋਈ ਇਹਦੇ ਵਿੱਚ ਕੈਮੀਕਲ ਸਾਫਤ ਕਰ ਦਵੇ ਜੋ ਹਰਜਾਨਾ ਕਹਿਣਗੇ ਅਸੀਂ ਦੇਣ ਨੂੰ ਤਿਆਰ ਆ ਲੋਕਾਂ ਦਾ ਇੰਨਾ ਜ਼ਿਆਦਾ ਸ਼ੋਸ਼ਣ ਹੋਇਆ ਹੈਗਾ ਲੋਕੀ ਪਰੇਸ਼ਾਨ ਹੋਏ ਹੋਇਆ ਬਾਲਾਂ ਵਾਸਤੇ ਜੇ ਕੋ ਬੰਦਾ ਕਹੇ 5000 ਦੀ ਦਵਾਈ ਦੇਣੀ ਉਹ ਵੀ ਵਿਚਾਰਾ ਲੈ ਰਿਹਾ ਆ ਜੇ ਕੋ ਬੰਦਾ ਕਹੇ ਤੁਹਾਨੂੰ 2000 ਦੀ ਦਵਾਈ ਉਹ ਵੀ ਬੰਦਾ ਲੈ ਰਿਹਾ ਹੈਗਾ ਲੋਕੀ ਬਹੁਤ ਪਰੇਸ਼ਾਨ ਹੋਏ ਹੋਏ ਸੀ 6525 ਰੁਪਏ ਦੀ ਇੱਕ ਬੋਟਲ ਹੈਗੀ ਆ 625 ਦੇ ਵਿੱਚ ਮਤਲਬ ਬੰਦੇ ਦੀ ਜਿਹੜੀ ਪ੍ਰੋਬਲਮ ਸੈੱਟ ਹੋ ਰਹੀ ਹੈਗੀ ਆ ਪਹਿਲਾਂ ਫ੍ਰੀ ਵੰਡੇ ਆ ਲੋਕਾਂ ਨੂੰ ਫੇਰ ਲੋਕੀ ਇਹੋ ਜਿਹਾ ਮੇਰੇ ਕੋ ਆਏ ਲੋਕੀ ਚੱਲ ਕੇ ਮੇਰੇ ਕੋ ਐਦਾਂ ਦੇ ਆਏ ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਸਾਨੂੰ ਆਹ ਤੇਲ ਦੇ ਦਿੱਤਾ ਹੈ ਮਤਲਬ ਮੇਨ ਦਾ ਰਿਜ਼ਲਟੇ ਬਹੁਤ ਵਧੀਆ ਮੜੇ ਹੈਗੇ ਆ ਔਰ ਮੈਨੂੰ ਸੌਣਾ ਵੀ ਪਾਰੀ ਹੋ ਗਿਆ ਸੀ ਰਾਤ ਨੂੰ 11 11 ਵੱਜ ਜਾਂਦੇ ਸੀ ਪਹਿਲਾਂ ਮੈਂ ਇਹ ਜਿਹੜਾ 500 ਪੀਸ ਬਣਾਇਆ ਸੀ ਸਟਾਰਟਿੰਗ ਦੇ ਵਿੱਚ 500 پیس ਦਾ ਮੇਰਾ 1500 پیس ਹੋ ਗਿਆ ਮਤਲਬ ਲੋਕਾਂ ਨੇ ਮੇ ਕੋ 1500 ਦੀ ਡਿਮਾਂਡ ਕੀਤੀ ਫਿਰ 2000 ਫਿਰ 5000 ਔਰ ਮੇਰੇ ਕੋਲ ਇਹ ਡਿਮਾਂਡ ਨਹੀਂ ਪੂਰੀ ਹੁੰਦੀ ਹੈਗੀ ਅੱਜ ਅਮਰੀਕਾ ਤੋਂ ਬੰਦੇ ਆਏ ਉਹ ਕਹਿੰਦੇ ਭਾਈ ਸਾਹਿਬ ਕਿੰਨੇ پیس ਆ ਤੁਹਾਡੇ ਕੋ ਮੈਂ ਕਿਹਾ ਜੀ ਮੇਰੇ ਕੋਲ ਤਾਂ 120 پیس ਤਿਆਰ ਆ ਕਹਿੰਦੇ 500 ਹੈਗਾ ਮੈਂ ਨਹੀਂ 500 ਨਹੀਂ 120 پیس ਤਿਆਰ ਆ ਜੜੀਆਂ ਬੂਟੀਆਂ ਨੂੰ ਡਿਪ ਕਰਕੇ ਰੱਖਦੇ ਹੈਗਾ ਡਿਪ ਕਰਨ ਤੋਂ ਬਾਅਦ ਵਿੱਚ ਉਹਨਾਂ ਦਾ ਰਿਜ਼ਲਟ ਲੈਣ ਦੇ ਲਈ ਸਾਨੂੰ 15 ਦਿਨ ਦਾ ਵਕਤ ਲੱਗਦਾ ਹੈ ਅਗਰ ਤਾਂ ਮੈਂ ਵੈਸੇ ਤੇਲ ਆਵਾੜ ਕੇ ਦੇਣਾ ਹੁੰਦਾ ਲੋਕਾਂ ਨੂੰ ਫੇਰ ਤਾਂ ਚਾਹੇ ਮੇਰੇ ਕੋਲ 50 ਹਜ਼ਾਰ ਲੋਕੀ ਇੱਕ ਦਿਨ ਚ ਪੀਸ ਲੈ ਲੈਂਦੇ ਲੋਕਾਂ ਨੇ ਕੈਮੀਕਲ 베ਸ ਸ਼ੈਂਪੂ ਲਗਾ ਲਗਾ ਕੇ ਸਾਬਣ ਕੈਮੀਕਲ 베ਸ ਲਗਾ ਲਗਾ ਕੇ ਜਿਲਾ ਲਗਾ ਲਗਾ ਕੇ ਲੋਕਾਂ ਦੇ ਜਿਹੜੇ ਰਬੌਂਡਿੰਗ ਕਰਾ ਕਰਾ ਕੇ ਬਾਹਰ ਤਾਂ ਵੈਸੇ ਝੜ ਰਹੇ ਆ ਉਹ ਕੈਮੀਕਲਾਂ ਦਾ ਪਹਿਲੇ ਦੁਖੀ ਹੋਏ ਹੋਏ ਆਸੀਂ ਉਹਨਾਂ ਨੂੰ ਨੇਚਰਲ ਤਰੀਕੇ ਦੇ ਨਾਲ ਜਿਹੜੇ ਵਾਲ ਉਹਨਾਂ ਦੇ ਸੈੱਟ ਕਰਦੇ ਪਏ ਲੋਕ ਆਉਂਦੇ ਕਿੱਥੋਂ ਕਿੱਥੇ ਆ ਦੇਖੋ ਜੀ ਸਾੜ ਕੋ ਜਿਹੜੇ ਲੋਕ ਆ ਰਹੇ ਆ ਲੋਕ ਤਾਂ ਫਿਲਹਾਲ ਤਾਂ ਪੂਰੇ ਹਿੰਦੁਸਤਾਨ ਤੋਂ ਲੋਕ ਆ ਰਹੇ ਆ ਦੱਸ ਦਈਏ ਇਸ ਤੇਲ ਨੂੰ ਲੈਣ ਦੇ ਲਈ 2-200 ਕਿਲੋਮੀਟਰ ਤੋਂ ਲੋਕ ਆਉਂਦੇ ਨੇ ਕਿਉਂਕਿ ਇਸ ਤੇਲ ਦੇ ਫਾਇਦੇ ਬਹੁਤ ਜਿਆਦਾ ਨੇ ਨੈਚੁਰਲ ਤਰੀਕੇ ਨਾਲ ਬਣਿਆ ਬਣਦਾ ਵਾ ਜਦੋਂ ਬਾਈ ਨੇ ਦੂਰ ਦੂਰੋਂ ਆਉਂਦੇ ਨੇ ਫਿਰ ਲੋਕ ਕਿੰਨੀ ਖੁਸ਼ੀ ਮਿਲਦੀ ਆ ਦੇਖੋ ਜੀ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੈਨੂੰ ਖੁਸ਼ੀ ਮਿਲਦੀ ਉਹਨਾਂ ਦਾ ਮੈਂ ਤੈਅ ਤਰੋ ਧੰਨਵਾਦ ਵੀ ਕਰਦਾ ਚਾਹ ਪਾਣੀ ਪੁਲਾਈਦਾ ਰੋਟੀ ਪਾਣੀ ਖੁਲਾਈਦੇ ਉਹਨਾਂ ਨੂੰ ਮੈਂ ਪੁੱਛੀ ਤਾਂ ਮੈਂ ਕਿਹਾ ਵੀ ਭਰਾ ਕਿਸੇ ਹੋਰ ਚੀਜ਼ ਦੀ ਲੋੜ ਤੇ ਤੈਨੂੰ ਵਾਪਸ ਤੇਲ ਪਾਉਣ ਨੂੰ ਪੈਸੇ ਹੈਗੇ ਆ ਤੇ ਕੋਈ ਕਿਰਾਇਆ ਹੈਗਾ ਜਾਣ ਨੂੰ ਔਰ ਸਭ ਤੋਂ ਵੱਡੀ ਖੁਸ਼ੀ ਉਸ ਵੇਲੇ ਸਾਨੂੰ ਮਹਿਸੂਸ ਹੁੰਦੀ ਹੈ ਜਦੋਂ ਲੋਕੀ ਸਾਡਾ ਤੇਲ ਰਿਪੀਟ ਕਰਦੇ ਆ ਮੇਰਾ ਖੂਨ ਵਧਦਾ ਜਦੋਂ ਲੋਕੀ ਮੈਨੂੰ ਆ ਕੇ ਕਹਿੰਦੇ ਵੀ ਤੁਹਾਡੇ ਤੇਲ ਦਾ ਰਿਜ਼ਲਟ ਆ ਮੈਂ ਜਿੰਨੀਆਂ ਮਰਜ਼ੀ ਸਫਤਾਂ ਕਰੀ ਜਾਵਾਂ ਮੇਲੇ ਉਹ ਸਹੀ ਨਹੀਂ ਹੈਗੀਆਂ ਜਦੋਂ ਸਾਹਮਣੇ ਵਾਲਾ ਮੇਰੇ ਬੈਠਾ ਸੀ ਨਾ ਸਫਤ ਕਰੇ ਵੀ ਤੁਹਾਡੇ ਤੇਲ ਨਾਲ ਮੇਰੇ ਵਾਲ ਝਾੜਨੋਂ ਰੁਕ ਗਏ ਨਵੇਂ ਆਣੇ ਸ਼ੁਰੂ ਹੋ ਗਏ ਗੰਜਾਂ ਵਾਲ ਮੇਰਾ ਠੀਕ ਹੋ ਗਿਆ ਚਿੱਟਿਆਂ ਤੋਂ ਮੇਰੇ ਕਾਲੇ ਹੋ ਗਏ ਆ ਅੱਛਾ ਜਦੋਂ ਸਾਡੀ ਵੀਡੀਓ ਵਾਇਰਲ ਹੋਈ ਯਾਰ ਫੇਰ ਸਾਨੂੰ ਪਤਾ ਲੱਗਿਆ ਵੀ ਵਾਲਾਂ ਦੀ ਇੰਨੀ ਦਾ ਪ੍ਰੋਬਲਮ ਆ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਨਹੀਂ ਪ੍ਰੋਬਲਮ ਜਦੋਂ ਸਾਡੀ ਵੀਡੀਓ ਵਾਇਰਲ ਹੋਈਆਂ ਫੇਰ ਸਾਨੂੰ ਪਤਾ ਲੱਗਿਆ ਲੋਕ ਬਿਊਟੀ ਪਾਰਲਰ ਵਾਲੀਆਂ ਆ ਰਹੀਆਂ ਸਾਡੇ ਕੋਲ ਤੇਲ ਲੈਣ ਦੇ ਲਈ ਹਲੇ ਕਹਿੰਦੇ ਸਾਨੂੰ 10 ਦੇ ਦਿਓ ਸਾਨੂੰ 20 ਦੇ ਦਿਓ ਬਾਹਰਲੇ ਮੁਲਕਾਂ ਤੋਂ ਲੋਕੀ ਆਉਂਦੇ ਪਹਿਲਾਂ 5-5 ਮੰਗਾ ਲੈਂਦੇ ਫੇਰ 10-10 ਮੰਗਾ ਲੈਂਦੇ ਆ ਫੇਰ 50-50 ਮੰਗਾ ਲੈਂਦੇ 100-100 ਪੀਸ ਵੀ ਲੈ ਆ ਰਹੇ ਲੋਕੀ ਇੱਥੋਂ ਰਿਜ਼ਲਟ ਹੈਗਾ ਤਾਂ ਤਾਂ ਹੀ ਮੰਗਾਉਂਦੇ ਆ ਕਿਹੜੀਆਂ-ਕਿਹੜੀਆਂ ਪ੍ਰੋਬਲਮ ਲੈ ਕੇ ਆਉਂਦੇ ਨੇ ਪ ਉਹਨਾਂ ਨੂੰ ਜ਼ਿਆਦਾ ਦਿੱਕਤ ਇਹ ਆ ਰਹੀ ਹੈ ਵੀ ਸਾਡੇ ਵਾਲ ਹਲਕੇ ਆ ਤੇ ਲੰਬੇ ਨਹੀਂ ਹੋ ਰਹੇ ਹੈਗੇ। ਕਿ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਵੀ ਸਾਡੇ ਵਾਲਾ ਤੇਲ ਯੂਜ਼ ਕਰੋ ਤੁਹਾਡੇ ਵਾਲ ਵੀ ਵਧਣਗੇ ਤੇ ਬਾਲਾਂ ਦੀ ਜਿਹੜੀ ਸਿਕਰੀ ਵਗੈਰਾ ਰੂਸੀ ਹੈ ਸਾਰੀ ਖਤਮ ਹੋਏਗੀ। ਸੋਚਿਆ ਸੀ ਮੈਡਮ ਵੀ ਸਾਡਾ ਪ੍ਰੋਡਕਟ ਲੋਕਾਂ ਦੇ ਵਿੱਚ ਇੰਨਾ ਚਾਇਆ ਜਾਊਗਾ ਲੋਕ ਇੰਨਾ ਪਿਆਰ ਦੇਣਗੇ ਇਸਪਾ। ਨਹੀਂ ਸਰ ਇਸ ਤਰ੍ਹਾਂ ਅਸੀਂ ਕਦੀ ਨਹੀਂ ਸੋਚਿਆ ਸੀ ਪਰ ਹੁਣ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਹਰ ਇੱਕ ਦੇ ਘਰ ਵਿੱਚ ਸਾਡਾ ਤੇਲ ਪਹੁੰਚਿਆ ਹੋਇਆ। ਕਿ ਕਿੰਨੀ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ ਤੇਲ ਨੂੰ ਸਰ ਜੀ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਲੋਕ ਪਟਿਆਲਾ ਅੰਮ੍ਰਿਤਸਰ ਹਿਮਾਚਲ ਬਹੁਤ ਦੂਰੋਂ ਦੁਨੀਆ ਆ ਰਹੀ ਆ ਇਸ ਚੀਜ਼ ਦੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਲੋਕਾਂ ਦੀ ਸਮੱਸਿਆ ਦਾ ਹੱਲ ਹੈ ਸਾਡੇ ਕੋਲ ਦੇਖੋ ਜੀ ਅਗਰ ਕਿਸੇ ਨੂੰ ਇਹ ਪ੍ਰੋਡਕਟ ਦੀ ਲੋੜ ਹੈਗੀ ਆ ਸਾਡਾ ਚੰਡੀਗੜ੍ਹ ਰੋਡ ਦੇ ਉੱਪਰ ਜਦੋਂ ਆਪਾਂ ਜਲੰਧਰ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਨੇੜੇ ਲੰਗੜੋਆ ਬਾਈਪਾਸ ਹੈਗਾ ਲੰਗੜੋਏ ਔਰ ਜਾੜਲੇ ਦੇ ਬਿਲਕੁਲ ਗੱਬੇ ਪਿੰਡ ਸੁਨਾਵਾ ਸਾਡਾ ਸੁਨਾਵੇ ਪਿੰਡ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਕੋਲ ਸਾਡਾ ਆਫਿਸ ਹੈਗਾ ਆ ਉੱਥੋਂ ਸਾਡਾ ਤੇਲ ਇਹ 625 ਰੁਪਏ ਦੀ ਇੱਕ ਬੋਤਲ ਹੁੰਦੀ ਆ ਇੱਕ ਬੋਤਲ ਇੱਕ ਮਹੀਨਾ ਚੱਲਦੀ ਆ ब्रेकिंग न्यूज़ पंजाब देख रहे हो ਤੁਸੀਂ ਤੇ ਮੈਂ ਬਲਜਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਚੰਡੀਗੜ੍ਹ ਜਲੰਧਰ ਰੋਡ ਦੇ ਉੱਤੇ ਗੁਜ਼ਰ ਰਹੀ ਸੀ ਨਵਾਂ ਸ਼ਹਿਰ ਦੇ ਕੋਲੋਂ ਤਾਂ ਰੋਡ ਦੇ ਉੱਤੇ ਇੱਕ ਬੋਰਡ ਦੇਖਿਆ ਸੋਚਿਆ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਅਕਸਰ ਤੁਹਾਡੀ ਸਿਹਤ ਦੇ ਲਈ ਅਸੀਂ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜਿਹੜੇ ਪ੍ਰੋਡਕਟ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਜਿਹੜੇ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਨੇ ਅੱਜ ਅਜਿਹਾ ਇੱਕ ਵਰਦਾਨ ਤੁਹਾਡੇ ਲਈ ਲੈ ਕੇ ਆਇਆ ਜਿਹੜਾ ਅਕਸਰ ਕਰੀ ਆ ਆਪਾਂ ਗੱਲ ਕਰੀ ਆ ਆਪਣੇ ਵਾਲਾਂ ਦੀ ਵਾਲ ਆਪਣੀ ਖੂਬਸੂਰਤੀ ਦਾ ਇੱਕ ਮੇਨ ਹਿੱਸਾ ਮੰਨਿਆ ਜਾਂਦਾ ਉਹਦੇ ਲਈ ਇੱਕ ਤੁਹਾਡੇ ਲਈ ਇੱਕ ਅਮਰਤ ਲੈ ਕੇ ਆਇਆ ਚੀਜ਼ ਲੈ ਕੇ ਆਇਆ ਜਿਹੜੀ ਆਪਣੇ ਵਾਲਾਂ ਦੀ ਦੇਖਭਾਲ ਵੀ ਕਰੂਗੀ ਤੇ ਵਾਲਾਂ ਦੇ ਨਾਲ ਜੁੜੀਆਂ ਪ੍ਰੋਬਲਮਸ ਨੇ ਜਿਹੜੀਆਂ ਹੱਲ ਕਰੂਗੀ ਸਾਡੇ ਨਾਲ ਵਿਜੇ ਸਕੋਰਪੀ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾ ਸਾਸ਼ੀ ਕਾਲ ਬ੍ਰੇਕ ਨਿਊਜ਼ ਪੰਜਾਬ ਚ ਸਵਾਗਤ ਹੈ ਤੁਹਾਡਾ ਅਸੀਂ ਤੁਹਾਡਾ ਬਿਲਕੁਲ ਸਵਾਗਤ ਕਰਦੇ ਹਾਂ ਤੁਸੀਂ ਸਾਡੇ ਇੱਥੇ ਮਤਲਬ ਆਫਿਸ ਵਿੱਚ ਪਹੁੰਚੇ ਆ ਸਾਡੇ ਤੇ ਔਰ ਸਾਨੂੰ ਬਹੁਤ ਵਧੀਆ ਲੱਗਿਆ ਹੈਗਾ ਆ ਠੀਕ ਹੈ ਜੀ ਬਹੁਤ ਅੱਛਾ ਲੱਗਿਆ ਹੈਗਾ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੈਗੇ ਆ ਜੀ ਹਾਂਜੀ ਸਰ ਅਸੀਂ ਨਾ ਰੋਡ ਦੇ ਉੱਤੋਂ ਗੁਜ਼ਰ ਰਹੇ ਸੀ ਬੋਰਡ ਦੇਖਿਆ ਸੋਚਿਆ ਯਾਰ ਇਹ ਇੰਨੀਆਂ ਬਾਲ ਚੀਜ਼ਾਂ ਲਿਖਿਆ ਨੇ ਜਿਵੇਂ ਬਾਲਾਂ ਦਾ ਝੜਨਾ ਉਮਰ ਤੋਂ ਪਹਿਲਾਂ ਹੀ ਬਾਲ ਸਫੇਦ ਹੋ ਜਾਣਾ ਜਾਂ ਸਿਕਰੀ ਇਹ ਸਾਰੀਆਂ ਪ੍ਰੋਬਲਮਾਂ ਦੇ ਹੱਲ ਹੁੰਦੇ ਨੇ ਫਿਰ ਬਿਲਕੁਲ ਹੁੰਦੇ ਆ ਸਾਡਾ ਜਿਹੜਾ ਗਰੋ ਅਪ ਪਲੱਸ ਤੇਲ ਹੈਗਾ ਆ ਜੀ ਇਸ ਟਾਈਮ ਪੂਰੇ ਬਲਡ ਵਿੱਚ ਫੇਮਸ ਹੋ ਗਿਆ ਆ ਜੀ ਫੇਮਸ ਪਹਿਲਾ ਛੋਟਾ ਜਿਹਾ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਬਾਅਦ ਵਿੱਚ ਜਿਹੜੇ ਰਿਜ਼ਲਟ ਵਾਇਰਲ ਹੋ ਗਏ ਕਈ ਲੋਕਾਂ ਨੂੰ ਤਾਂ ਸਾਡੇ ਬਾਰੇ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਤੇਲ ਕਿਹੜਾ ਬਣਾਉਂਦੇ ਹੋ ਸਿੱਧਾ ਪੁੱਛਦੇ ਆਂ ਕਿ ਬਾਲਾਂ ਦਾ ਤੇਲ ਤੁਹਾਡੇ ਕੋਲ ਲੈਣ ਆਏ ਹੈਗੇ ਬੜੀ ਖੁਸ਼ੀ ਦੀ ਗੱਲ ਹੈਗੀ ਆ ਸਾਡੇ ਕੋਲ ਬਾਹਰਲੇ ਫੋਰਨਰ ਤੋਂ ਕਾਫੀ ਗਾਹ ਪਹੁੰਚ ਰਹੇ ਆ ਪੂਰੇ ਇੰਡੀਆ ਦੇ ਵਿੱਚੋਂ ਕੈਂਟਰਲ ਤੋਂ ਕਦੇ ਕਿਤੇੋਂ ਆ ਰਹੇ ਰਾਜਸਥਾਨ ਤੋਂ ਬੰਦੇ ਚੱਲ ਕੇ ਆ ਰਹੇ ਆ ਫੋਨ ਵੀ ਨਹੀਂ ਸਾਨੂੰ ਕਰਕੇ ਆਂਦੇ ਸਾਨੂੰ ਬੜਾ ਦੁੱਖ ਲੱਗਦਾ ਰਾਤ ਨੂੰ 9-9 ਵਜੇ ਜਾਂਦੇ ਸਾਨੂੰ ਇੱਥੇ ਜਾਣ ਨੂੰ ਘਰ ਰਾਤ ਨੂੰ 9 ਵਜੇ ਜਾਂਦੇ ਅਸੀਂ ਵਾਪਸ ਮਤਲਬ ਐਨਾ ਜ਼ ਔਰ ਇਹਦਾ ਬਹੁਤ ਹੀ ਜ਼ਿਆਦਾ ਰਿਜ਼ਲਟ ਮਿਲੇ ਲੋਕਾਂ ਨੂੰ ਅੱਛੇ ਰਿਜ਼ਲਟ ਮਿਲੇ ਹੈਗੇ ਤਾਂ ਲੋਕੀ ਸਾਡੇ ਕੋਲ ਬਾਰ-ਬਾਰ ਆ ਰਹੇ ਲੋਕਾਂ ਦਾ ਦੇਖੋ ਬਾੜਾਂ ਤੋਂ ਝੜਨ ਤੋਂ ਰੁਕੇ ਹੈਗੇ ਆ ਇਹਦੇ ਨਾਲ ਗੰਜਾਪਨ ਵੀ ਠੀਕ ਹੋ ਰਿਹਾ ਪਰ ਅਸੀਂ ਗੰਜੇਪਨ ਦਾ ਦਾਵਾ ਨਹੀਂ ਕਰਦੇ ਹੈਗੇ ਪਰ ਲੋਕੀ ਕਹਿ ਰਹੇ ਵੀ ਤੁਹਾਡੇ ਤੇਲ ਨਾਲ ਸਾਡਾ ਗੰਜਾਪਨ ਵੀ ਠੀਕ ਹੋ ਗਿਆ ਅਸੀਂ ਸੋਚਿਆ ਵੀ ਚਲੋ ਬਹੁਤ ਵਧੀਆ ਗੱਲ ਆ ਬਾਲ ਝੜਨੇ ਰੁਕੇ ਦੋ ਮੂੰਹੇ ਬਾੜਾਂ ਦਾ ਜਨਨੀਆਂ ਦੇ ਬੰਦ ਹੋ ਗਏ ਬਣਨੇ ਸਿਕਰੀ ਬੰਦ ਹੋ ਗਈ ਆ ਰੂਸੀ ਖਤਮ ਹੋ ਗਈ ਇਹਦੇ ਵਿੱਚ ਠੀਕ ਆ ਜੀ ਸਾਨੂੰ ਬਹੁਤ ਹੀ ਵਧੀਆ ਲੱਗਾ ਬੜੀ ਖੁਸ਼ੀ ਹੋਈ ਆ ਜਦੋਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਚੜਨ ਤੋਂ ਰੋਗੇ ਆ ਸੰਘਣੇ ਹੋ ਗਏ ਆ ਚਿੱਟਿਆਂ ਤੋਂ ਕਾਲੇ ਹੋ ਗਏ ਪਰ ਉਹ ਘਾਟੋ ਮਰਦੇ ਵਿੱਚ 30 ਸਾਲ ਤੋਂ ਜਿਹੜੇ ਬੰਦੇ ਘੱਟ ਹੈਗੇ ਉਹਨਾਂ ਦੇ ਵਾਲ ਚਿੱਟਿਆਂ ਤੋਂ ਕਾਲੇ ਵੀ ਹੋਣੇ ਸ਼ੁਰੂ ਹੋ ਗਏ ਹੈਗੇ ਆ ਹਾਂਜੀ ਵੀਜੀ ਜੀ ਨਾ ਮੈਂ ਨਾ ਤੁਹਾਡੇ ਅਕਸਰ ਵੀਡੀਓ ਦੇਖਿਆ ਸੀਗਾ ਵਾਇਰਲ ਹੋਈਆਂ ਮੈਂ ਸੋਚਿਆ ਯਾਰ ਮੈਂ ਖੁਦ ਜਾ ਕੇ ਪੁੱਛ ਕੇ ਆਵਾਂ ਵੀ ਇਹ ਚੀਜ਼ਾਂ ਸੱਚਮੁੱਚ ਦੇ ਵਿੱਚ ਸੱਚ ਨੇ ਜੀ ਵੀ ਇਦਾਂ ਪ੍ਰੋਬਲਮ ਦੇ ਹੱਲ ਹੋ ਰਹੇ ਨੇ ਸਾਰੀਆਂ ਦੇ ਬਿਲਕੁਲ ਹੋ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਹੁਣ ਤੁਸੀਂ ਵੀ ਹਲੇ ਆਏ ਸੀ ਤੁਹਾਡੇ ਸਾਹਮਣੇ ਅਮਰੀਕਾ ਤੋਂ ਬੰਦੇ ਆਏ ਹੋਏ ਸੀਗੇ ਤਿੰਨ ਬੰਦੇ ਆਏ ਸੀ ਅਮਰੀਕਾ ਤੋਂ ਮੈਨੂੰ ਫੋਨ ਕਰਦੇ ਨੇ ਮੇਰੇ ਕੋਲ ਫੋਨ ਉਹਨਾਂ ਦਾ ਅਟੈਂਡ ਨਹੀਂ ਹੋਇਆਗਾ ਜਦੋਂ ਮੈਨੂੰ ਫੋਨ ਕਰਦੇ ਮੈਨੂੰ ਕਹਿੰਦੇ ਸਰ ਤੁਹਾਨੂੰ ਅਸੀਂ ਬਾਹਰੋਂ ਫੋਨ ਕਰਦੇ ਸੀ ਉਹ ਕੁਦਰਤੀ ਇੱਧਰ ਇੰਡੀਆ ਵਿੱਚ ਉਹਨਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਹਿੰਦੇ ਸਾਨੂੰ ਤੁਹਾਡੇ ਰਿਜ਼ਲਟਾਂ ਵਾਲੇ ਪਤਾ ਲੱਗਿਆ ਪਹਿਲਾ ਵੀਡੀਓ ਅਸੀਂ ਤੁਹਾਡੀ ਦੇਖੀ ਵੀਡੀਓ ਤੁਹਾਡੀ ਵਾਇਰਲ ਤਾਂ ਹੋ ਗਈ ਅਸੀਂ ਸੋਚਿਆ ਕਿਤੇ ਐਵੇਂ ਹੀ ਫੇਕ ਤਾਂ ਨਹੀਂ ਹੈਗੀ ਕਿਤੇ ਤੁਸੀਂ ਲੋਕਾਂ ਨੂੰ ਮਤਲਬ ਲੁੱਟਕ ਸੋੜ ਤਾਂ ਨਹੀਂ ਹੋ ਰਿਹਾ ਕਿਉਂਕਿ ਲੋਕਾਂ ਦਾ ਸ਼ੋਸ਼ਣ ਬਹੁਤ ਹੋਇਆ ਇੱਥੇ ਲੋਕਾਂ ਦਾ ਇੰਨਾ ਜ਼ਿਆਦਾ ਸ਼ੋਸ਼ਣ ਹੋਇਆ ਹੈਗਾ ਲੋਕੀ ਪਰੇਸ਼ਾਨ ਹੋਏ ਹੋਏ ਆ ਬਾਲਾਂ ਵਾਸਤੇ ਜੇ ਕੋ ਬੰਦਾ ਕਹੇ 5000 ਦੀ ਦਵਾਈ ਦੇਣੀ ਉਹ ਵੀ ਵਿਚਾਰਾ ਲੈ ਰਿਹਾ ਹੈ ਜੇ ਕੋ ਬੰਦਾ ਕਹੇ ਤੁਹਾਨੂੰ 2000 ਦੀ ਦਵਾਈ ਉਹ ਵੀ ਬੰਦਾ ਲੈ ਰਿਹਾ ਹੈਗਾ ਇਸ ਕਰਕੇ ਲੋਕੀ ਬਹੁਤ ਪਰੇਸ਼ਾਨ ਹੋਏ ਹੋਏ ਸਕੇ 6525 ਰੁਪਏ ਦੀ ਇੱਕ ਬੋਟ ਔਰ 1 ਮਹੀਨਾ ਚੱਲਦੀ ਹੈਗੀ ਆ ਇਹ ਹੈਗਾ ਸਾਡਾ ਤੇਲ ਜਿਹੜਾ ਹੈਗਾ ਜੀ ਸਰ ਜਿਵੇਂ ਨਾ ਗਰੋ ਅਪ ਪਲੱਸ ਤੇਲ ਦੀ ਗੱਲ ਕਰੀਏ ਤੁਹਾਡੇ ਕੋਲ ਲੋਕ ਆਉਂਦੇ ਨੇ ਦੂਰੋਂ ਦੂਰੋਂ ਇਹ ਮਤਲਬ ਸੋਚਿਆ ਕਿਵੇਂ ਕੀ ਕਿਵੇਂ ਬਣਾਉਣ ਦੇ ਆਈਡੀਆ ਕਿਵੇਂ ਆਏ ਮਨ ਦੇ ਵਿੱਚ ਬਣਾਉਣ ਦਾ ਦੇਖੋ ਜੀ ਜਿਹੜਾ ਆਈਡੀਆ ਹੈਗਾ ਆ ਆਈਡੀਆ ਮੈਂ ਪਹਿਲਾਂ ਦਵਾਈਆਂ ਸਪਲਾਈ ਦਾ ਕੰਮ ਕਰਦਾ ਸੀ ਜੀ ਸਪਲਾਈ ਕਰਦਾ ਕਰਦਾ ਮੈਨੂੰ ਪਤਾ ਲੱਗਿਆ ਪੇਦਰ ਹੈਬੋਵਾਲ ਨੈਣਮੋਂ ਦੇ ਉੱਪਰ ਇੱਕ ਪਹਾੜ ਹੈਗੇ ਇਹ ਪਹਾੜੀ ਜਿਹੜੀਆਂ ਜੜੀਆਂ ਬੂਟੀਆਂ ਦਾ ਤੇਲ ਅਸੀਂ ਤਿਆਰ ਕੀਤਾ ਹੈਗਾ ਜਦੋਂ ਸਾਨੂੰ ਉੱਥੋਂ ਪਤਾ ਲੱਗਿਆ ਠੀਕ ਹੈ ਜੀ ਪੇਰ ਅਸੀਂ ਜਿਹੜਾ ਉਹ ਆਇਲ ਹੈਗਾ ਬਣਵਾਣ ਵਾਲਿਓ ਬਜ਼ੁਰਗ ਬੰਦਾ ਸੀ 80 ਸਾਲ ਦੀ ਉਹਦੀ ਉਮਰ ਸੀ ਹੁਣ ਤਾਂ ਬੰਦਾ ਖਤਮ ਹੋ ਚੁੱਕਾ ਹੈ ਠੀਕ ਹੈ ਜੀ 80 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਤੇਲ ਬਣਾਉਂਦਾ ਸੀਗਾ ਤੇ ਉਹ ਮੈਂ ਉਹਦੇ ਕੋਲ ਲਗਾਤਾਰ 2 ਤੋਂ 3 ਮਹੀਨੇ ਜਾਂਦਾ ਰਿਹਾ ਉਹਦੇ ਪੈਰ ਘੁੱਟੇ ਉਹਦੀਆਂ ਬਾਹਾਂਵਾਂ ਦਵਾਈਆਂ ਠੀਕ ਹੈ ਜੀ ਉਹਦੀ ਮਾਰਸ਼ ਕਰਦਾ ਰਿਹਾ ਸੈਟ ਦੀ ਮਾਰਸ਼ ਕਰਦਾ ਰਿਹਾ ਤਾਂ ਉਹਨੇ ਮਸੀ ਮੈਨੂੰ ਕਿਹਦੇ ਫਾਰਮੁਲਾ ਦਿੱਤਾ ਔਰ ਫਾਰਮੁਲਾ ਉਹਨੇ ਦਿੱਤਾ ਹੈਗਾ ਮੈਨੂੰ ਕਿਹਾ ਬੇਜਾ ਜੀ ਤੁਸੀਂ ਜੇ ਤਾਂ ਬਣਾ ਲਓਗੇ ਤਾ ਲੈ ਕੇ ਜਾਈਓ ਨਹੀਂ ਕਿਉਂਕਿ ਕੋਸਟਲੀ ਆਟਮਾ ਬਹੁਤ ਸੀਆ ਘਾਟ ਤੋਂ ਘਟ ਵੀ ਮੈਂ 12 ਪੰਸਾਰੀਆਂ ਕੋ ਘੁੰਮਿਆ ਹੋਣਾ ਆ 12 ਜਗ੍ਹਾ ਤੇ ਘੁੰਮਣ ਤੋਂ ਬਾਅਦ ਮੈਨੂੰ ਫਾਰਮੂਲੇ ਬਾਰੇ ਪਤਾ ਲੱਗਿਆ ਨਹੀਂ ਜਦੋਂ ਮੈਨੂੰ ਫਾਰਮੂਲੇ ਬਾਰੇ ਪਤਾ ਲੱਗਿਆ ਮੈਂ ਕਿਹਾ ਇੰਨੀਆਂ ਕੋਸਟਲੀ ਵੀ ਆਟਮਾ ਹੈਗੀਆਂ ਪਹਿਲਾਂ ਤਾਂ ਮੇਰਾ ਮਨ ਕੀਤਾ ਵੇ ਛੱਡੋ ਪਰੇ ਕਾਹ ਨੂੰ ਆ ਮੈਂ ਲੋਕਾਂ ਨੂੰ ਬਹੁਤ ਫ੍ਰੀ ਵੰਡਿਆ ਕਾਫੀ ਲੋਕਾਂ ਨੂੰ ਫ੍ਰੀ ਵੰਡਿਆ ਔਰ ਲੋਕੀ ਸਵੇਰ ਨੂੰ ਮਤਲਬ ਮੇਰਾ ਦਰਵਾਜ਼ਾ ਆ ਕੇ ਖੜਕਾਂਦੇ ਸੀ ਬੀਜੇ ਜੀ ਮੈਨੂੰ ਤੇਲ ਦਿਓ ਮੈਨੂੰ ਤੇਲ ਤੁਹਾਡੇ ਵਾਲ ਮੇਰੇ ਝੜਨ ਨੂੰ ਰੋਕੇ ਹੈ ਗਿਆ ਮੈਨੂੰ ਬਹੁਤ ਖੁਸ਼ੀ ਕਿਉਂਕਿ ਮੈਂ ਫ੍ਰੀ ਲੋਕਾਂ ਨੂੰ ਦਿੱਤਾ ਪਹਿਲਾਂ ਫ੍ਰੀ ਵੰਡਿਆ ਲੋਕਾਂ ਨੂੰ ਫਿਰ ਲੋਕੀ ਇਹੋ ਜਿਹਾ ਮੇਰੇ ਕੋਲ ਆਏ ਲੋਕੀ ਚੱਲ ਕੇ ਮੇਰੇ ਕੋ ਏਦਾਂ ਦੇ ਆਏ ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਸਾਨੂੰ ਆਹ ਤੇਲ ਦੇ ਦਿੱਤਾ ਹੈ ਮਤਲਬ ਮੇਨ ਦਾ ਰਿਜ਼ਲਟ ਬਹੁਤ ਵਧੀਆ ਮੜੇ ਹੈਗੇ ਆ ਔਰ ਮੈਨੂੰ ਸੋਨਾ ਵੀ ਭਾਰੀ ਹੋ ਗਿਆ ਸੀ ਰਾਤ ਨੂੰ 11-11 ਵੱਜ ਜਾਂਦੇ ਸੀਗੇ ਲੋਕੀ ਦੂਰ ਦੂਰ ਅਸੀਂ ਪਹਿਲਾਂ ਅਧੀਏ ਪਾਈਆਂ ਵਿੱਚ ਦਿੰਦੇ ਹੁੰਦੇ ਸੀਗੇ ਚਲੋ ਹੁਣ ਅਸੀਂ ਮਤਲਬ ਆਪਣੀ ਫਾਰਮੇਸੀ ਵਿੱਚ ਬਣਾਨੇ ਹੈਗੇ ਆ ਪੰਜਾਬ ਗਵਰਨਮੈਂਟ ਵੱਲੋਂ ਅਪਰੂਵ ਕਰਵਾ ਕੇ ਤਾਂ ਇਹਨਾਂ ਚੀਜ਼ਾਂ ਨੂੰ ਲਿਆਂਦਾ ਹੈਗਾ ਠੀਕ ਆ ਪਹਿਲਾਂ ਲੋਕੀ ਪਾਈਏ ਅਧੀਏ ਲਿਆ ਕੇ ਪਿੰਡਾਂ ਵਿੱਚ ਉਹਨਾਂ ਦੇ ਘਰ ਲਿਆ ਕੇ ਉਹਨਾਂ ਦੇ ਵਿੱਚ ਅਸੀਂ ਪਾ ਪਾ ਕੇ ਦਿੰਦੇ ਰਹੇ ਕਿਸੇ ਕੋਈ ਕੀਮਤ ਲੈਣੀ ਕਿਸੇ ਕੋਈ ਕੀਮਤ ਲੈਣੀ ਪਰ ਸਾਡਾ ਬਹੁਤ ਹੀ ਅੱਛਾ ਰਿਜ਼ਲਟ ਹੈ ਔਰ ਬਹੁਤ ਹੀ ਵਧੀਆ ਤੇਲ ਹੈਗਾ ਜੀ ਹਾਂਜੀ ਅੱਛਾ ਵਿਜੀ ਜਿਵੇਂ ਗੱਲ ਕਰੀਏ ਤੁਹਾਡੇ ਫਾਰਮੂਲੇ ਦੇ ਨਾਲ ਕਿੰਨੇ ਅਸੀਂ ਲੋਕ ਠੀਕ ਹੋ ਚੁੱਕੇ ਨੇ ਜਦੋਂ ਐਦਾਂ ਅੱਜ ਆਉਂਦਾ ਕੋਈ ਤੁਹਾਡੇ ਕੋਲ ਬੜੀ ਖੁਸ਼ੀ ਮਿਲਦੀ ਹੈ ਦੇਖੋ ਜੀ ਪਹਿਲਾਂ ਮੈਂ ਇਹ ਜਿਹੜਾ 500 ਪੀਸ ਬਣਾਇਆ ਸੀ ਸਟਾਰਟਿੰਗ ਦੇ ਵਿੱਚ 500 ਪੀਸ ਦਾ ਮੇਰਾ 1500 ਪੀਸ ਹੋ ਗਿਆ ਮਾਲਾ ਲੋਕਾਂ ਨੇ ਮੈਨੂੰ 1500 ਦੀ ਡਿਮਾਂਡ ਕੀਤੀ ਕਿਉਂਕਿ ਇਹਦਾ ਪ੍ਰੋਸੈਸ ਹੈਗਾ ਇਹਦੀਆਂ ਪਲੱਸ ਤੋਂ 15 ਦਿਨ ਜੜੀਆਂ ਬੂਟੀਆਂ ਨੂੰ ਡਿਪ ਕਰਕੇ ਰੱਖਦੇ ਹੈਗਾ ਡਿਪ ਕਰਨ ਤੋਂ ਬਾਅਦ ਵਿੱਚ ਉਹਨਾਂ ਦਾ ਰਿਜ਼ਲਟ ਲੈਣ ਦੇ ਲਈ ਸਾਨੂੰ 15 ਦਿਨ ਦਾ ਵਕਤ ਲੱਗਦਾ ਹੈ ਅਗਰ ਤਾਂ ਮੈਂ ਵੈਸੇ ਤੇਲ ਆਵਾੜ ਕੇ ਦੇਣਾ ਹੁੰਦਾ ਲੋਕਾਂ ਨੂੰ ਫੇਰ ਤਾਂ ਚਾਹੇ ਮੇਰੇ ਕੋਲ 50 ਹਜ਼ਾਰ ਲੋਕੀ ਇੱਕ ਦਿਨ ਚ ਪੀਸ ਲੈ ਲੈਂਦੇ ਮਰ ਨਹੀਂ ਉਹੋ ਜਿਹਾ ਕੰਮ ਨਹੀਂ ਮੈਂ ਕਰਦਾ ਨਾ ਕੀਤਾ ਤੇ ਨਾ ਮੈਂ ਕਰਨਾ ਹੈਗਾ ਠੀਕ ਹੈ ਜੀ ਇਹ ਹਿਸਾਬ ਤਾਂ ਫਿਕਰ ਜੜੀਆਂ ਬੂਟੀਆਂ ਲੈ ਕੇ ਕਿੱਥੋਂ ਆਉਂਦੇ ਹੋ ਜੜੀਆਂ ਪੈਂਦੀਆਂ ਨੇ ਵਿੱਚ ਦੇਖੋ ਜੜੀਆਂ ਬੂਟੀਆਂ ਕੁਝ ਤਾਂ ਪਹਾੜਾਂ ਦੇ ਵਿੱਚੋਂ ਆਪਾਂ ਜਿਹੜੇ ਹੈਗੇ ਆਪਾਂ ਸਾਰੀਆਂ ਇਹ ਨਹੀਂ ਹੈਗਾ ਵੀ ਲੋਕਲ ਤੋਂ ਮਿਲਦੀਆਂ ਆ ਗਿਆ ਇਹ ਮੇਨ ਜਿਹੜੇ ਹੱਬ ਹੈਗੇ ਜਦੋਂ ਅੰਮ੍ਰਿਤਸਰ ਹੈਗਾ ਲੁਧਿਆਣਾ ਹੈਗਾ ਇਹੋ ਜਿਹੀਆਂ ਚੀਜ਼ਾਂ ਉੱਥੋਂ ਕੋਈ ਚੀਜ਼ ਜਿਹੜੀਆਂ ਹੈਗੀਆਂ ਆਪਾਂ ਨੂੰ ਅਲਵਰ ਤੋਂ ਆਪਾਂ ਮੰਗਾਨੇ ਹੈਗੇ ਰਾਜਸਥਾਨ ਤੋਂ ਮੰਗਾਨੇ ਹੈਗੇ ਠੀਕ ਹੈ ਜੀ ਇਹ ਜਿਹੜੀਆਂ ਹੈਗੀਆਂ ਐਦਾਂ ਮੰਗਾਨੇ ਹੈਗੇ ਆਪਾਂ ਬਿਲਕੁਲ ਨੇਚਰਲ ਆ ਜਿਹੜੇ ਕਹਿਦੀ ਆਪਾਂ ਗੱਲ ਦੇਖੋ ਜੀ 100% ਨੇਚਰਲ ਆ ਕੋਈ ਇਹਦੇ ਵਿੱਚ ਕੈਮੀਕਲ ਸਾਫਤ ਕਰ ਦਵੇ ਜੋ ਹਰਜਾਨਾ ਕਹਿਣਗੇ ਅਸੀਂ ਦੇਣ ਨੂੰ ਤਿਆਰ ਆ ਕਿਉਂਕਿ 100% ਨੇਚਰਲ ਚੀਜ਼ ਬਣਾਨੇ ਆ ਨਾ ਅਸੀਂ ਕੋਈ ਕੈਮੀਕਲ 베ਸ ਕੰਮ ਕੀਤਾ ਤੇ ਨਾ ਅਸੀਂ ਕਰ ਪ੍ਰੋਬਲਮ ਵਿੱਚ ਕ੍ਰੀਏਟ ਕਰ ਰਹੇ ਆ ਲੋਕਾਂ ਨੇ ਕੈਮੀਕਲ ਵਿੱਚ ਸ਼ੈਂਪੂ ਲਗਾ ਲਗਾ ਕੇ ਸਾਬਣ ਕੈਮੀਕਲ 베ਸ ਲਗਾ ਲਗਾ ਕੇ ਜਿੱਲਾ ਲਗਾ ਲਗਾ ਕੇ ਲੋਕਾਂ ਦੇ ਜਿਹੜੇ ਰਬੋਂਡਿੰਗ ਕਰਾ ਕਰਾ ਕੇ ਬਾਹਰ ਤਾਂ ਵੈਸੇ ਝੜ ਰਹੇ ਆ ਉਹ ਕੈਮੀਕਲਾਂ ਦਾ ਪਹਿਲੇ ਦੁਖੀ ਹੋਏ ਹੋਏ ਆ ਅਸੀਂ ਉਹਨਾਂ ਨੂੰ ਨੇਚਰਲ ਤਰੀਕੇ ਦੇ ਨਾਲ ਜਿਹੜੇ ਵਾਲ ਉਹਨਾਂ ਦੇ ਸੈੱਟ ਕਰਦੇ ਪਏ ਹੈਗੇ ਠੀਕ ਆ ਅਸੀਂ ਸੋਚਦੇ ਆ ਕਿ ਲੋਕਾਂ ਦਾ ਭਲਾ ਹੋ ਜਾਵੇ ਜਿੰਨਾ ਵੀ ਭਲਾ ਹੋਵੇ ਉਹਨਾਂ ਸਾਡੇ ਲਈ ਬੈਸਟ ਹੈਗਾ ਜੀ ਹਾਂਜੀ ਜਦੋਂ ਵਾਲਾਂ ਦੀਆਂ ਪ੍ਰੋਬਲਮਾਂ ਦੂਰ ਹੁੰਦੀਆਂ ਨੇ ਪਹਿਲਾਂ ਫਿਰ ਲੋਕ ਆਉਂਦੇ ਕਿੱਥੋਂ ਕਿੱਥੇ ਨੂੰ ਤੁਹਾਡੇ ਕੋਲ ਹੁਣ ਦੇਖੋ ਜੀ ਸਾਡੇ ਕੋਲ ਜਿਹੜੇ ਲੋਕ ਆ ਕੁਝ ਲੋਕ ਜਿਹੜੇ ਹੈਗੇ ਸਾਡੇ ਕੋਲ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਬਾਈ ਕੋਰੀਅਰ ਭੇਜਦੇ ਹੈਗੇ ਆ ਠੀਕ ਆ ਕੋਰੀਅਰ ਨੂੰ ਹਫਤਾ ਵੀ ਲੱਗ ਜਾਂਦਾ ਕਿਸੇ ਨੂੰ 10 ਦਿਨ ਵੀ ਲੱਗ ਜਾਂਦਾ ਕਿਸੇ ਨੂੰ 30 ਦਿਨ ਵੀ ਮਿਲਦਾ ਹੈਗਾ ਕੁਝ ਕੋਰੀਅਰ ਆਹੀ ਭੇਜਦੇ ਹੈਗੇ ਕੁਝ ਲੋਕੀ ਸਾਨੂੰ ਬਿਨਾ ਫੋਨ ਕੀਤੇ ਤੇ ਪਹੁੰਚਦੇ ਹੈਗੇ ਆ ਉਹ ਸਾਨੂੰ ਨਾ ਤਾਂ ਉਹਨਾਂ ਕੋਈ ਵਿਚਾਰੇ ਕੋ ਨੰਬਰ ਹੈ ਨਹੀਂ ਉਹਨੇ ਫੋਨ ਕਿੱਥੋਂ ਕਰਨਾ ਹੈ ਪਤਾ ਨਹੀਂ ਵੀਡੀਓ ਦੇਖ ਲੈਂਦੇ ਹੈਗੇ ਕਿੱਥੋਂ ਵਿਚਾਰੇ ਆਂਦੇ ਕਿੱਥੋਂ ਨਹੀਂ ਆਂਦੇ ਹੈਗੇ ਆ ਔਰ ਕਈ ਤਾਂ ਵਿਚਾਰੇ ਮਤਲਬ ਸਕੂਟਰ ਤੇ ਮੈਂ ਕਹਿੰਦਾ ਵੀ 2 200 ਕਿਲੋਮੀਟਰ ਸਫਰ ਕਰਕੇ ਮੋਟਰਸਾਈਕਲਾਂ ਦੇ ਬੰਦੇ ਸਕੂਟਰਾਂ ਤੇ ਆਂਦੇ ਐਕਟਿਵਾ ਤੇ ਆਂ ਤੇ ਮੈਂ ਕਹਿੰਦਾ ਤਾਂ ਹੈਗੇ ਉਹ ਬੰਦੇ ਜਿਹੜੇ ਮੇਰੇ ਕੋਲ ਇੱਥੇ ਪਹੁੰਚਦੇ ਹੈਗੇ ਆ ਚਲੋ ਮੈਨੂੰ ਅੱਛਾ ਤਾਂ ਲੱਗਦਾ ਪਰ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਤੁਸੀਂ ਆਈਟੀ ਦੂਰੋਂ ਆਏ ਹੈਗੇ ਚੱਲ ਕੇ ਤੁਹਾਨੂੰ 6 ਘੰਟੇ 10 ਘੰਟੇ 18 ਘੰਟੇ ਲੱਗੇ ਆ ਕਮ ਸਿਕਮ ਮੈਨੂੰ ਤੁਸੀਂ ਫੋਨ ਇਹ ਕਰ ਦਿੰਦੇ ਮੈਂ ਤੁਹਾਨੂੰ ਉੱਥੇ ਪਹੁੰਚਾ ਦਿੰਦੇ ਆ ਉਹ ਕਹਿੰਦੇ ਨਹੀਂ ਸਰ ਅਸੀਂ ਤੁਹਾਨੂੰ ਮਿਲਣਾ ਸੀਗਾ ਇਹ ਦੇਖਣਾ ਸੀਗਾ ਵੀ ਤੁਸੀਂ ਤੇਲ ਇਹ ਵਾਕਿਆ ਮਤਲਬ ਤੁਹਾਡਾ ਕਾਰਗਰ ਹੈਗਾ ਵੀ ਕਿਤੇ ਲੋਕੀ ਕਿਤੇ ਲੁੱਟਕ ਸੋਟ ਤਾਂ ਨਹੀਂ ਕਰ ਰਹੇ ਹੈਗੇ ਅਸੀਂ ਤੁਹਾਡੀ ਜਗ੍ਹਾ ਦੇਖਣੀ ਸੀਗੀ ਇਸ ਕਰਕੇ ਤੁਹਾਡੇ ਕੋਲ ਆਏ ਹੈਗੇ ਅਸੀਂ ਬਸ ਇਹ ਦਰਸ਼ਕੋ ਤੁਹਾਨੂੰ ਦੱਸ ਦਈਏ ਇਸ ਤੇਲ ਨੂੰ ਲੈਣ ਦੇ ਲਈ ਦੋ-ਦੋ ਸੌ ਕਿਲੋਮੀਟਰ ਤੋਂ ਲੋਕ ਆਉਂਦੇ ਨੇ ਕਿਉਂਕਿ ਇਸ ਤੇਲ ਦੇ ਫਾਇਦੇ ਬਹੁਤ ਜ਼ਿਆਦਾ ਨੇ ਨੈਚੁਰਲ ਤਰੀਕੇ ਨਾਲ ਬਣਿਆ ਬਣਦਾ ਵਾ ਜਦੋਂ ਬਈ ਨੇ ਦੂਰੋਂ ਦੂਰੋਂ ਆਉਂਦੇ ਨੇ ਫਿਰ ਲੋਕ ਕਿੰਨੀ ਖੁਸ਼ੀ ਮਿਲਦੀ ਆ ਦੇਖੋ ਜੀ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੈਨੂੰ ਖੁਸ਼ੀ ਮਿਲਦੀ ਉਹਨਾਂ ਦਾ ਮੈਂ ਤੈਅ ਦਿਲੋਂ ਧੰਨਵਾਦ ਵੀ ਕਰਦਾ ਜੀ ਚਾਹ ਪਾਣੀ ਖਲਾਈਦਾ ਰੋਟੀ ਪਾਣੀ ਖਲਾਈਦੇ ਉਹਨਾਂ ਨੂੰ ਮੈਂ ਪੁੱਛੀ ਤਾਂ ਮੈਂ ਕਿਹਾ ਵੀ ਭਰਾ ਕਿਸੇ ਹੋਰ ਚੀਜ਼ ਦੀ ਲੋੜ ਤੇ ਤੈਨੂੰ ਵਾਪਸ ਜਾਣ ਨੂੰ ਤੇਲ ਪਾਉਣ ਨੂੰ ਪੈਸੇ ਹੈਗੇ ਆ ਤੇ ਕੋਈ ਕਿਰਾਇਆ ਹੈਗਾ ਜਾਣ ਨੂੰ ਉਹ ਕਹਿੰਦੇ ਨਹੀਂ ਜੀ ਵੀਰ ਜੀ ਮੇਰੇ ਕੋਈ ਕਿਰਾਇਆ ਵੀ ਹੈਗਾ ਅਸੀਂ ਇਹ ਪੂਰਾ ਅਰੇਂਜਮੈਂਟ ਅਸੀਂ ਕਰਕੇ ਆਏ ਹੈਗੇ ਅਸੀਂ ਪੁੱਛੀ ਤਾਂ ਉਹਨੂੰ ਕਹਿੰਦੇ ਰਾਤ ਸਾਢੇ ਕੋ ਰੁਕਲਾ ਸਾਢੇ ਕੋ ਰਹਿਣ ਲਈ ਇੱਥੇ ਇੰਤਜ਼ਾਮ ਵੀ ਹੈਗਾ ਤੇਰਾ ਰੋਟੀ ਪਾਣੀ ਦਾ ਵੀ ਆਪਾਂ ਪ੍ਰਬੰਧ ਕਰਦੇ ਆ ਉਹ ਕਹਿੰਦੇ ਵੀਰ ਜੀ ਆਪਾਂ ਨੂੰ ਏਸੀ ਦੀ ਲੋੜ ਨਹੀਂ ਹੈਗੀ ਬਸ ਤੁਹਾਡਾ ਇਹੀ ਧੰਨਵਾਦ ਆ ਕਿ ਸਾਨੂੰ ਤੁਸੀਂ ਇੱਥੇ ਮਿਲ ਗਏ ਆ ਬੜੀ ਖੁਸ਼ੀ ਸਾਨੂੰ ਵੀ ਮਹਿਸੂਸ ਹੁੰਦੀ ਆ ਉਹ ਵੀ ਬਹੁਤ ਖੁਸ਼ ਹੋ ਕੇ ਜਾਂਦੇ ਆ ਔਰ ਸਭ ਤੋਂ ਵੱਡੀ ਖੁਸ਼ੀ ਉਸ ਵੇਲੇ ਸਾਨੂੰ ਮਹਿਸੂਸ ਹੁੰਦੀ ਆ ਜਦੋਂ ਲੋਕੀ ਸਾਡਾ ਤੇਲ ਰਿਪੀਟ ਕਰਦੇ ਆ ਮਤਲਬ ਕਿਸ ਨੇ ਇੱਕ ਚੀਸੀ ਸ਼ੀਸ਼ੀ ਲਗਾਇਆ ਉਹ 2 ਮਗਾਂ ਦਾ 2 ਵਾਲਾ 4 ਮਗਾਂ ਦਾ 4 ਵਾਲਾ 6 6 ਵਾਲਾ 12 ਮਗਾਂ ਦਾ ਜਦੋਂ ਐਦਾਂ ਹੁੰਦੀ ਆ ਗਵਾਂਢੀ ਉਹਨਾਂ ਦੇ ਮਗਾਂ ਨਾਲ ਆਪਣੇ ਰਿਸ਼ਤੇਦਾਰ ਉਹਨਾਂ ਦੇ ਮਗਾਂ ਨਾਲ ਆਪਾਂ ਦੇ ਆ ਫਿਰ ਸਾਨੂੰ ਹੋਰ ਖੁਸ਼ੀ ਮਹਿਸੂਸ ਹੁੰਦੀ ਕਿਉਂਕਿ ਸਾਡਾ ਤੇਲ ਕੰਮ ਕਰ ਰਿਹਾ ਹੈਗਾ ਜਦੋਂ ਸਾਡੇ ਮਤਲਬ ਤੇਲ ਦੀ ਮੰਗ ਵਧ ਰਹੀ ਆ ਡਿਮਾਂਡ ਵਧ ਰਹੀ ਮੰਗ ਵਧਣ ਦਾ ਔਰ ਡਿਮਾਂਡ ਵਧਣ ਦਾ ਜੇ ਜਦੋਂ ਰਿਜ਼ਲਟ ਮਿਲਦਾ ਹੈ ਲੋਕ ਆਉਂਦੇ ਨੇ ਕਿ ਕਿੰਨਾ ਕੁ ਵਧੀਆ ਲੱਗਦਾ ਜੇ ਰਿਜ਼ਲਟ ਮਿਲਣ ਤੋਂ ਆ ਲੋਕ ਪਹੁੰਚਦੇ ਨੇ ਤੁਹਾਡੇ ਕੋਲ ਹੁਣ ਦੇਖੋ ਜੀ ਸਾਡਾ ਤਾਂ ਮੈਂ ਲੋਕ ਕਹਿੰਦੇ ਸਾਡਾ ਖੂਨ ਵੱਧਾ ਜੀ ਮੇਰਾ ਖੂਨ ਵੱਧਾ ਜਦੋਂ ਲੋਕੀ ਮੈਨੂੰ ਆ ਕੇ ਕਹਿੰਦੇ ਵੀ ਤੁਹਾਡੇ ਤੇਲ ਦਾ ਰਿਜ਼ਲਟ ਆ ਮੈਂ ਜਿੰਨੀਆਂ ਮਰਜ਼ੀ ਸਿਪਤਾਂ ਕਰੀ ਜਾਵਾਂ ਮੇਲੇ ਉਹ ਸਹੀ ਨਹੀਂ ਹੈਗੀਆਂ ਜਦੋਂ ਸਾਹਮਣੇ ਵਾਲਾ ਮੇਰਾ ਬੈਠਾ ਸੀ ਨਾ ਸਿਪਤ ਕਰੇ ਵੀ ਤੁਹਾਡੇ ਤੇਲ ਨਾਲ ਮੇਰੇ ਵਾਲ ਝਾੜਨੋਂ ਰੁਕ ਗਏ ਨਵੇਂ ਆਣੇ ਸ਼ੁਰੂ ਹੋ ਗਏ ਗੰਜਾਂਪਨ ਮੇਰਾ ਠੀਕ ਹੋ ਗਿਆ ਚਿੱਟਿਆਂ ਤੋਂ ਮੇਰੇ ਕਾਲੇ ਹੋ ਗਏ ਆ ਠੀਕ ਆ ਜਾਂ ਉਹ ਕਹਿੰਦਾ ਹੈਗਾ ਵੀ ਮੇਰੇ ਸੰਘਣੇ ਹੋ ਗਏ ਆ ਲੇਡੀਜ਼ ਆਂਦੀਆਂ ਉਹ ਕਹਿੰਦੇ ਜੀ ਮੇਰੇ ਤਾਂ ਲੈਂਥ ਵਧ ਗਈ ਬਣਾ ਦੀ ਲੰਬਾਈ ਬਹੁਤ ਵੱਧ ਗਈ ਹੈਗੀ ਆ ਵੀ ਮੈਂ ਤੁਹਾਡਾ ਤੇਲ 6 ਮਹੀਨੇ ਯੂਜ਼ ਕੀਤਾ ਕੋਈ ਕਹਿੰਦਾ ਮੈਨੂੰ ਸਾਲ ਹੋ ਗਿਆ ਵਰਤਨ ਕੋਈ ਕਹਿੰਦਾ ਮੈਨੂੰ 2 ਸਾਲ ਹੋ ਗਿਆ ਵਰਤਨ ਮੈਨੂੰ ਕਹਿੰਦਾ ਮੈਂ ਕਿਹਾ ਤੇ ਧੰਨਵਾਦ ਨਹੀਂ ਐਨਾ ਨਾ ਲੰਮਾ ਸਮਾਂ ਹੋ ਗਿਆ ਕਹਿੰਦੇ ਹਾਂਜੀ ਜੀ ਤੁਹਾਡੇ ਤੇ ਦਾ ਰਿਜ਼ਲਟ ਇਹ ਬਹੁਤ ਹੈ ਤਾਂ ਤੇਲ ਸਾਰੇ ਲਾਣੇ ਭੁੱਲ ਗਏ ਹੈਗੇ ਆ ਅਸੀਂ ਦੇਖੋ ਅਸੀਂ ਤਾਂ ਆਪ ਕਹਿੰਦੇ ਵੀ ਕੈਮੀਕਲ ਵੇਸ ਤੋਂ ਬਚਣ ਜਿੰਨੇ ਵੀ ਲੋਕ ਬਾਸ ਸਕਦੇ ਉਹਨੇ ਬਚਣ ਪਿਓਰ ਆਯੁਰਵੇਦਿਕ ਨੂੰ ਅਪਣਾਣ ਠੀਕ ਹੈ ਜੀ ਜਿਵੇਂ ਨਾ ਲੇਡੀਜ਼ ਦਾ ਅਜ ਕਹ ਲਈ ਇੱਕ ਗਹਿਣਾ ਹੁੰਦਾ ਵਾਲ ਜਦੋਂ ਆਉਂਦੇ ਆ ਹੋਣ ਗਿਆ ਪਹਿਲਾਂ ਕਿੰਨੇ ਕ ਪ੍ਰੋਬਲਮ ਲੈ ਕੇ ਆਉਂਦੇ ਤੇ ਜਦੋਂ ਪ੍ਰੋਬਲਮ ਹੱਲ ਹੋ ਜਾਂਦੀ ਆ ਉਦੋਂ ਕਿੰਨੀ ਖੁਸ਼ੀ ਮਿਲਦੀ ਆ ਫਿਰ ਬੜੀ ਖੁਸ਼ੀ ਮਿਲਦੀ ਦੇਖੋ ਜੀ ਮੇਰੇ ਕੋ ਜਿਹੜੀਆਂ ਲੇਡੀਜ਼ ਆਉਂਦੀਆਂ ਹੈਗੀਆਂ ਮੈਂ ਤਾਂ ਆਪ ਅੱਖੀਂ ਰੋਂਦੀਆਂ ਦੇਖੀਆਂ ਲੇਡੀ ਉਹ ਕਹਿੰਦੇ ਵੀਰ ਜੀ ਆਪਾਂ ਕਿਤੇ ਜਾ ਨਹੀਂ ਸਕਦੇ ਅਸੀਂ ਕਿਤੇ ਖੜ ਨਹੀਂ ਸਕਦੇ ਵਿਆਹ ਸ਼ਾਦੀਆਂ 'ਚ ਨਹੀਂ ਜਾ ਸਕਦੇ ਠੀਕ ਆ ਇੱਥੇ ਮੇਰੇ ਕੋ ਗੰਝੀਆਂ ਤਾਂ ਕਰੋੜਾਂ ਤਾਂ ਆਈਆਂ ਹੈਗੀਆਂ ਜਿਨ੍ਹਾਂ ਦੇ ਪਰਵੱਟੇ ਵੀ ਹੈ ਨਹੀਂ ਸਿਰ ਦੇ ਵਾਲ ਵੀ ਹੈ ਨਹੀਂ ਐਓ ਜਿਹਾਂ ਲੋਕ ਸਾਡੇ ਕੋ ਆਏ ਹੈਗੇ ਆ ਮੈਨੂੰ ਬੜਾ ਆਪਣੇ ਆਨੂ ਫੀਲ ਹੋਇਆ ਮੈਂ ਕਿਹਾ ਦੇਖੋ ਵੀ ਲੇਡੀਜ਼ ਵਿੱਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਜੈਂਟਸ ਵਿੱਚ ਤਾਂ ਹੈਗੀ ਹੈਗੀ ਸੀ ਜੈਂਟਸ ਵਿੱਚ ਤਾਂ ਮੈਂ ਪ੍ਰੋਬਲਮ ਦੇਖੀ ਦੇਖੀ ਵੀ ਜੈਂਟਸ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਪਰ ਲੇਡੀਜ਼ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਬੱਚਿਆਂ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਬੱਚਿਆਂ ਦੇ ਵਾਲ ਸਫੈਦ ਹੋ ਰਹੇ ਆ ਜਿੱਲਾਂ ਲਾ ਲਾ ਕੇ ਬੱਚਿਆਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਆ ਮੈਂ ਤਾਂ ਬਹੁਤ ਇੰਨਾ ਜ਼ਿਆਦਾ ਹੈਰਾਨ ਹੋਇਆ ਮੈਂ ਕਿਹਾ ਵੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਅੱਛਾ ਜਦੋਂ ਸਾਡੀ ਵੀਡੀਓ ਵਾਇਰਲ ਹੋਈ ਆ ਫਿਰ ਸਾਨੂੰ ਪਤਾ ਲੱਗਿਆ ਵੀ ਬਾਲਾਂ ਦੀ ਇੰਨੀ ਜ਼ਿਆਦਾ ਪ੍ਰੋਬਲਮ ਆ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਇੰਨੀ ਪ੍ਰੋਬਲਮ ਜਦੋਂ ਸਾਡੀ ਵੀਡੀਓ ਵਾਇਰਲ ਹੋਈਆਂ ਫਿਰ ਸਾਨੂੰ ਪਤਾ ਲੱਗਿਆ ਲੋਕਾਂ ਦੇ ਸਾਡੇ ਕੋਲ ਬਹੁਤ ਜ਼ਿਆਦਾ ਵਿਊ ਆਏ ਹੈਗੇ ਲੋਕਾਂ ਦੇ ਕਮੈਂਟ ਆਏ ਵੀ ਵੀਰ ਜੀ ਤੁਸੀਂ ਬਹੁਤ ਵਧੀਆ ਵਧੀਆ ਤੁਸੀਂ ਕੰਮ ਕਰ ਰਹੇ ਹੈਗੇ ਹਾਂ ਹਾਂਜੀ ਹਾਂਜੀ দর্শকੋਇ ਕੋਰੀ ਨਾ ਤੁਹਾਨੂੰ ਨੇ ਪ੍ਰੋਡਕਟ ਵੀ ਦਿਖਾ ਦਈਏ ਗਰੋ ਅਪ ਪਲੱਸ ਇਹ ਉਹ ਤੇਲ ਆ ਜੀ ਦੇ ਨਾਲ ਜਿਹੜੀਆਂ ਵਾਲਾਂ ਦੀਆਂ ਪ੍ਰੋਬਲਮ ਦੂਰ ਹੁੰਦੀਆਂ ਨੇ ਗੰਜਾਪਨ ਕਹਿ ਲਈਏ ਵਾਲ ਝੜਦੇ ਨੇ ਸਿਕਰੀ ਤੇ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਜਾਂਦੇ ਨੇ ਸਾਰੀਆਂ ਪ੍ਰੋਬਲਮ ਆ ਗਰੋ ਅਪ ਤੇਲ ਦੇ ਨਾਲ ਬਾਈ ਜੀ ਇਹ ਦਾਵਾ ਕਰਦੇ ਹਾਂ ਫਿਰ ਜਿਹੜੀਆਂ ਪ੍ਰੋਬਲਮ ਲਿਖੀਆਂ ਨੇ ਸਾਰੀਆਂ ਦੂਰ ਕਰਦੇ ਹਾਂ ਬਿਲਕੁਲ ਦੂਰ ਕਰਦੇ ਆ ਜਿਹੜੀਆਂ ਆਪਾਂ ਚੀਜ਼ਾਂ ਲਿਖੀਆਂ ਹੋਈਆਂ ਕਿਸੇ ਦੇ ਵਾਲ ਝੜਦੇ ਉਹ ਵੀ ਰੁਕਦੇ ਹੈਗੇ ਆ ਠੀਕ ਆ ਜੀ ਗੰਜਾਪਨ ਵੀ ਸੈੱਟ ਹੁੰਦਾ ਹੈਗਾ ਠੀਕ ਆ ਜੀ ਔਰ ਇਹਦੇ ਨਾਲ ਬਹੁਤ ਹੀ ਅੱਛੇ ਰਿਜ਼ਲਟ ਮਿਲਦੇ ਆ ਮੇਰਾ ਮਨ ਬੜਾ ਖੁਸ਼ ਹੁੰਦਾ ਜਦੋਂ ਲੋਕਾਂ ਨੂੰ ਰਿਜ਼ਲਟ ਮਿਲਦੇ ਠੀਕ ਹੈ ਜੀ ਅਸੀਂ ਰਿਜ਼ਲਟ ਦੇ ਰਹੇ ਆ ਲੋਕਾਂ ਨੂੰ ਔਰ ਲੋਕੀ ਆਪ ਮੋ ਕਹਿ ਰਹੇ ਆ ਸਾਨੂੰ 10 ਸ਼ੀਸ਼ਿਆਂ ਦੇ ਦੇ ਕੋ 20 ਦੇ ਦਿਓ ਪਿੰਡਾਂ ਦੇ ਵਿੱਚ ਜਦੋਂ ਨਾਈ ਆਂਦੇ ਸਾਡੇ ਕੋਲ ਬਿਊਟੀ ਪਾਰਲਰ ਵਾਲੀਆਂ ਆ ਰਹੀਆਂ ਸਾਡੇ ਕੋਲ ਤੇਲ ਲੈਣ ਦੇ ਲਈ ਹਲੇ ਕਹਿੰਦੇ ਸਾਨੂੰ 10 ਦੇ ਦਿਓ ਸਾਨੂੰ 20 ਦੇ ਦਿਓ ਬਾਹਰਲੇ ਮੁਲਕਾਂ ਤੋਂ ਲੋਕੀ ਆਂਦੇ ਪਹਿਲਾਂ 5-5 ਮੰਗਾ ਲੈਂਦੇ ਫਿਰ 10-10 ਮੰਗਾ ਲੈਂਦੇ ਆ ਫਿਰ 50-50 ਮੰਗਾ ਲੈਂਦੇ 100-100 ਪੀਸ ਵੀ ਲਈ ਆ ਰਹੇ ਲੋਕੀ ਇੱਥੋਂ ਜੇ ਰਿਜ਼ਲਟ ਹੈਗਾ ਤਾਂ ਤਾਂ ਹੀ ਮੰਗਾਉਂਦੇ ਆ ਕਿਸੇ ਕੰਪਨੀ ਦੇ 10 ਪੀਸ ਨਹੀਂ ਵੇਚਦੇ ਹੈਗੇ ਅਗਰ ਚੀਜ਼ ਦਾ ਰਿਜ਼ਲਟ ਨਹੀਂ ਹੈਗਾ ਕੋਈ 20 ਨਹੀਂ ਲਿਆ ਜਾਂਦਾ ਹੈਗਾ ਇੱਕ ਵੀ ਨਹੀਂ ਵਾਪਸ ਲਿਆ ਜਾਂਦਾ ਹੈਗਾ ਇਸ ਕਰਕੇ ਸਾਡੀ ਜਿਹੜੀ ਚੀਜ਼ ਦੇ ਬਹੁਤ ਅੱਛੇ ਰਿਜ਼ਲਟ ਆ ਗਿਆ ਮੈਨੂੰ ਬੜਾ ਇਸੀ ਦੇ ਉੱਪਰ ਮਾਣ ਹੈਗਾ ਜੀ ਇਹ ਫਿਰ ਬਾਈ ਗਰੋ ਅਪ ਨੂੰ ਬਣਾਉਣੇ ਕਿੱਥੇੋਂ ਬਣਦਾ ਕਿਵੇਂ ਆ ਜੀ ਦੇਖੋ ਜੀ ਗਰੋ ਅਪ ਸਾਡਾ ਹੈਗਾ ਇੱਕ ਆਪਣਾ ਇੱਥੇ ਬਣਾਨੇ ਹੈਗੇ ਆ ਜਿੱਥੇ ਆਪਾਂ ਬੈਠੇ ਹੈਗੇ ਆ ਇੱਥੇ ਆਪਾਂ ਬਣਾਨੇ ਹੈਗੇ ਆ ਇਹ ਪੂਰਾ ਵਿਧੀ ਦੇ ਅਨੁਸਾਰ ਬਣਦਾ ਹੈਗਾ ਆ 10 ਤੋਂ 15 ਦਿਨ ਵਿੱਚ ਇਹਦੀਆਂ ਜੜੀਆਂ ਬੂਟੀਆਂ ਡਿਪ ਕਰਕੇ ਰੱਖਦੇ ਹੈਗੇ ਆ ਡਿਪ ਕਰਨ ਤੋਂ ਬਾਅਦ ਵਿੱਚ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਫਿਰ ਅਸੀਂ ਉਬਾੜੀਦਾ ਹੈਗਾ ਉਬਾਲਣ ਤੋਂ ਬਾਅਦ ਇਹਦਾ ਜੋਗ ਅਨੁਸਾਰ ਤਿਆਰ ਹੁੰਦਾ ਤੇਲ ਤਿਆਰ ਹੋਣ ਤੋਂ ਬਾਅਦ ਅਸੀਂ ਇਹਨ ਤਿੱਕਾ 15 ਕਾ ਦਿਨ ਦਾ ਪ੍ਰੋਸੈਸ ਹੈਗਾ ਆ 15 ਦਿਨ ਤੋਂ ਬਾਅਦ ਲਗਾਤਾਰ 15 ਦਿਨ ਰੱਖਣ ਤੋਂ ਬਾਅਦ ਇਹ ਤੇਲ ਜਿਹੜਾ ਸਾਡਾ ਤਿਆਰ ਹੁੰਦਾ ਹੈਗਾ ਹਾਂਜੀ ਤੇ ਸਾਡੇ ਨਾਲ ਮੈਮ ਵੀ ਮੌਜੂਦ ਨੇ ਮੈਮ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਆਪਾਂ ਲੇਡੀਜ਼ ਨੂੰ ਦੇਖਦੇ ਹੁੰਨੇ ਆ ਜਿਹੜਾ ਬਾਲ ਨੇ ਇੱਕ ਗਹਿਣਾ ਸਮਝਦੇ ਆ ਔਰਤਾਂ ਸਾਹਮਣੇ ਰੱਖ ਦਿੰਦੇ ਨੇ ਬਾਲਾਂ ਨੂੰ ਦੇਖਭਾਲ ਵਧੀਆ ਕਰਦੇ ਨੇ ਮਤਲਬ ਗੱਲਬਾਤ ਕਰਦੇ ਮੈਮ ਦੇ ਨਾਲ ਮੈਮ ਜਦੋਂ ਲੇਡੀਜ਼ ਪਹੁੰਚਦੀਆਂ ਨੇ ਇੱਥੇ ਬਾਲਾਂ ਦੀਆਂ ਪ੍ਰੋਬਲਮ ਲੈ ਕੇ ਤਾਂ ਕਿੰਨੇ ਕਿਹੜੇ ਕਿਹੜੇ ਪ੍ਰੋਬਲਮ ਲੈ ਕੇ ਆਉਂਦੇ ਨੇ ਪਹਿਲਾਂ ਤਾਂ ਲੇਡੀਜ਼ ਹਾਂਜੀ ਲੇਡੀਜ਼ ਨੂੰ ਬਾਲਾਂ ਝੜਦੇ ਬਹੁਤ ਨੇ ਸਿਕਰੀਏ ਬਾਲਾਂ ਦੀ ਲੈਂਥ ਨਹੀਂ ਵੱਧਦੀ ਹੈਗੀ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੈ ਨਹੀਂ ਹਾਂਜੀ ਉਹਨਾਂ ਨੂੰ ਜ਼ਿਆਦਾ ਦਿੱਕਤ ਇਹ ਆ ਰਹੀ ਆ ਵੀ ਸਾਡੇ ਵਾਲ ਹਲਕੇ ਆ ਤੇ ਲੰਬੇ ਨਹੀਂ ਹੋ ਰਹੇ ਹੈਗੇ। ਹਾਂਜੀ ਤੇ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਵੀ ਸਾਡੇ ਵਾਲਾ ਤੇਲ ਯੂਜ਼ ਕਰੋ ਤੁਹਾਡੇ ਵਾਲ ਵੀ ਵਧਣਗੇ। ਤੇ ਵਾਲਾਂ 'ਚ ਜਿਹੜੀ ਸਿਕਰੀ ਵਗੈਰਾ ਰੂਸੀ ਆ ਸਾਰੀ ਖਤਮ ਹੋਏਗੀ। ਹੁਣ ਕਈ ਲੇਡੀਜ਼ ਦੇ ਵਾਲ ਇੰਨੇ ਜ਼ਿਆਦਾ ਵਧੇ ਨੇ ਬਹੁਤ ਖੁਸ਼ੀ ਹੁੰਦੀ ਜਦ ਉਹ ਦੱਸਦੇ ਨੇ ਵੀ ਸਾਡੇ ਵਾਲ ਇੰਨੇ ਇੰਚ ਤੱਕ ਵੱਧ ਚੁੱਕੇ ਨੇ। ਹਾਂਜੀ। ਮਤਲਬ ਕਾਫੀ ਰਿਜ਼ਲਟ ਮਿਲ ਚੁੱਕੇ ਨੇ ਹੁਣ। ਬਹੁਤ ਮਿਲ ਰਿਹਾ ਜੀ ਰਿਜ਼ਲਟ ਕਾਫੀ ਲੋਕਾਂ ਨੂੰ ਮਿਲ ਰਿਹਾ ਆ। ਜਿਸ ਤਰ੍ਹਾਂ ਕਿ ਲੇਡੀਜ਼ ਨੂੰ ਜ਼ਿਆਦਾ ਦਿੱਕਤ ਆਂਦੀ ਹੈ ਉਹਨਾਂ ਦੇ ਜਿਸ ਤਰ੍ਹਾਂ ਕਿ ਵਾਲ ਚੜ ਚੜ ਕੇ ਥੋੜੇ ਲਾਈਟ ਹੋ ਚੁੱਕੇ ਨੇ ਹਲਕੇ ਜਿਹੇ ਨੂੰ ਕਹਿੰਦੇ ਆਪਾਂ ਹਲਕੇ ਹੋ ਚੁੱਕੇ ਨੇ ਹਲਕਿਆਂ ਨੂੰ ਉਹਨਾਂ ਨੇ ਭਾਰੀ ਕਰਨ ਵਾਸਤੇ ਵੀ ਇਹ ਤੇਲ ਯੂਜ਼ ਕਰ ਰਹੇ ਨੇ ਹਾਂਜੀ ਹੁਣ ਤਾਂ ਉਹਨਾਂ ਦੀ ਗਰੋਥ ਵੀ ਵੱਧ ਰਹੀ ਹੈ ਵਾਲ ਭਾਰੇ ਵੀ ਹੋ ਰਹੇ ਨੇ ਸਿਕਰੀ ਵੀ ਖਤਮ ਹੋ ਰਹੀ ਹੈ ਕਦੇ ਸੋਚਿਆ ਸੀ ਮੈਡਮ ਵੀ ਸਾਡਾ ਪ੍ਰੋਡਕਟ ਲੋਕਾਂ ਦੇ ਵਿੱਚ ਇੰਨਾ ਚਾਇਆ ਜਾਊਗਾ ਲੋਕ ਇੰਨਾ ਪਿਆਰ ਦੇਣਗੇ ਇਸ ਪ੍ਰੋਡਕਟ ਨਹੀਂ ਸਰ ਇਸ ਤਰ੍ਹਾਂ ਸੀ ਕਦੇ ਨਹੀਂ ਸੋਚਿਆ ਸੀ ਪਰ ਹੁਣ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਹਰ ਇੱਕ ਦੇ ਘਰ ਵਿੱਚ ਸਾਡਾ ਤੇਲ ਪਹੁੰਚਿਆ ਹੋਇਆ ਸਾਰੀਆਂ ਦੀ ਸਮੱਸਿਆ ਹੱਲ ਕਰਦਾ ਇਹ ਤੇਲ ਹਾਂਜੀ ਜੀ ਤੇ ਮੈਂ ਕਿੰਨੀ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ ਤੇਲ ਨੂੰ ਹੁਣ ਸਰ ਜੀ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਲੋਕ ਪਟਿਆਲਾ ਅੰਮ੍ਰਿਤਸਰ ਹਿਮਾਚਲ ਬਹੁਤ ਦੂਰੋਂ ਦੁਨੀਆ ਆ ਰਹੀ ਆ ਜਿਨ੍ਹਾਂ ਨੂੰ ਬਾਲਾ ਨੂੰ ਬਹੁਤ ਹੀ ਜ਼ਿਆਦਾ ਫਰਕ ਪਿਆ ਆ ਉਹਨਾਂ ਦੇ ਫਰੈਂਡਸ ਵੀ ਆ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਆ ਕੇ ਲੈ ਕੇ ਜਾਂਦੇ ਇਸ ਚੀਜ਼ ਦੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਲੋਕਾਂ ਦੀ ਸਮੱਸਿਆ ਦਾ ਹੱਲ ਹੈ ਸਾਡੇ ਕੋਲ ਜੀ ਹਾਂਜੀ ਤੇ ਦਰਸ਼ਕੋ ਸੀ ਕੁਝ ਨਹੀਂ ਕਹਿਣਾ ਅੱਜ ਪ੍ਰੋਡਕਟ ਖੁਦ ਬੋਲੇਗਾ ਕਿਉਂਕਿ ਪ੍ਰੋਡਕਟ ਦੇ ਫਾਇਦੇ ਹੀ ਇੰਨੇ ਨੇਗੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਲੈਣ ਦੇ ਲਈ ਅੱਜ ਅਮਰੀਕਾ ਤੋਂ ਵੀ ਲੋਕ ਪਹੁੰਚੇ ਹੋਏ ਸੀਗੇ ਉਹ ਵੀ ਲੈ ਕੇ ਗਏ ਨੇ ਸਾਡੇ ਨਾਲ ਢਿੱਲੋਂ ਸਾਹਿਬ ਮੌਜੂਦ ਨੇ ਜੋ ਪ੍ਰੋਡਕਟ ਦੀ ਮਾਰਕੀਟਿੰਗ ਦੇਖਦੇ ਨੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬ੍ਰੇਕਿੰਗਸ ਪੰਜਾਬ ਚੈਨਲ ਜੀ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰੋਡਕਟ ਨੂੰ ਲੈ ਕੇ ਪਹਿਲਾਂ ਤਾਂ ਪ੍ਰੋਡਕਟ ਨੂੰ ਲੈ ਕੇ ਜਿੱਦਾਂ ਵਿਜੇ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਤਰੱਕੀ ਕਰ ਰਿਹਾ ਪ੍ਰੋਡਕਟ ਇਹ ਨਹੀਂ ਬੜੇ ਛੋਟੇ ਜਿਹੇ ਲੈਵ ਪ੍ਰਮੋਟ ਕਰ ਰਹੇ ਹਾਂ ਇਸ ਨੂੰ ਹਾਂਜੀ ਕਦੇ ਸੋਚਿਆ ਸੀਗਾ ਵੀ ਯਾਰ ਇਹ ਸਾਡਾ ਵਾਲਾ ਪ੍ਰੋਡਕਟ ਹੈ ਇੰਨਾ ਲੋਕਾਂ ਦੇ ਵਿੱਚ ਲੋਕ ਚਾਹਣਗੇ ਇਹਨੂੰ ਇੰਨਾ ਪਿਆਰ ਮਿਲੂਗਾ ਪ੍ਰੋਡਕਟ ਨੂੰ ਨਹੀਂ ਬਿਲਕੁਲ ਸੋਚਿਆ ਸੀਗਾ ਜੀ ਇਹਦੇ ਲਈ ਮਿਹਨਤ ਕਰਨੀ ਪਈ ਸਾਨੂੰ ਸਟਰਗਲ ਕਰਨੀ ਪਈ ਇਸ ਲੈਵਲ ਤੇ ਲਿਆਉਣ ਲਈ ਸੀ ਸੋਚਿਆ ਸੀ ਕਿਉਂਕਿ ਸਾਡੇ ਕੋਲ ਸੋਨੇ ਵਰਗੀ ਚੀਜ਼ ਸੀਗੀ ਤੇ ਇਸ ਨੂੰ ਅਸੀਂ ਪਜਾਰੇ ਆ ਤੇ ਪਜਾ ਕੇ ਅਸੀਂ ਦਮ ਲਵਾਗੇ ਜੀ ਜਿੱਦ ਲੋਕ ਆਉਂਦੇ ਨੇ ਦਵਾਵਾਂ ਮੰਦਿੰਦੇ ਨੇ ਵੀ ਯਾਰ ਸਾਡੇ ਵਾਲ ਠੀਕ ਹੋ ਗਏ ਇਸ ਪ੍ਰੋਡਕਟ ਦੇ ਨਾਲ ਉਹ ਕਿੰਨੀ ਖੁਸ਼ੀ ਮਿਲਦੀ ਆ ਫਿਰ ਉਹ ਖੁਸ਼ੀ ਆਪਾਂ ਬਿਆਨ ਨਹੀਂ ਕਰ ਸਕਦੇ ਉਸ ਖੁਸ਼ੀ ਨੂੰ ਨਹੀਂ ਇਹ ਪੈਸੇ ਤਾਂ ਬਹੁਤ ਵੱਡੀ ਉੱਪਰ ਦੀ ਚੀਜ਼ ਆ। ਦਵਾਵਾਂ ਹੀ ਸਭ ਤੋਂ ਵੱਡੀ ਚੀਜ਼ ਹੁੰਦੀਆਂ ਜੀ। ਹਾਂਜੀ। ਕਿੰਨੀ ਕਿ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ ਫਰੀ ਬੜਾ ਤੋਂ ਲੈ ਕੇ। ਤੁਸੀਂ ਦੇਖਿਆ ਹੋਊਗਾ ਥੋੜੀ ਦੇਰ ਹੀ ਪਹਿਲਾਂ ਅਮਰੀਕਾ ਤੋਂ ਆਏ ਹੋਏ ਸੀਗੇ। ਹੂੰ ਹੂੰ। ਸਿੰਘ ਸਾਹਿਬ ਅਮਰੀਕਾ ਤੋਂ ਆਏ ਹੋਏ ਸੀਗੇ ਸਾਡੇ ਤੱਕ ਆਏ ਆ। ਬਾਕੀ ਪੂਰੇ ਇੰਡੀਆ ਤੋਂ ਇੱਥੇ ਆ ਰਹੇ ਆ। ਬਾਕੀ ਅਸੀਂ ਕੋਰੀਅਰ ਵੀ ਕਰਵਾ ਰਹੇ ਆ ਜਿਹੜੇ ਨਹੀਂ ਆ ਸਕਦੇ ਸਾਡੇ ਕੋਲ ਇੱਥੇ। ਜੀ। ਹਾਂਜੀ। ਤੋ ਦਰਸ਼ਕੋ ਦੀ ਦੇਖ ਰਹੇ ਆ ਵੀ ਪ੍ਰੋਡਕਟਾਂ ਲੈਣਾ ਲਈ ਦੂਰੋਂ ਦੂਰੋਂ ਲੋਕ ਪਹੁੰਚ ਰਹੇ ਨੇ ਬਾਈ ਜੀ ਇਹ ਵੀਡੀਓ ਤੋਂ ਬਾਅਦ ਨਾ ਕਈ ਦਰਸ਼ਕ ਕਈ ਪ੍ਰੋਡਕਟ ਲੈਣਾ ਚਾਹੁੰਦੇ ਨੇ ਹੁਣ ਉਹਨਾਂ ਨੂੰ ਦੱਸ ਦਿਓ ਵੀ ਕਿਵੇਂ ਤੁਹਾਡ ਨਾਲ ਸੰਪਰਕ ਕਰਨ ਫਿਰ ਉਹ ਦੇਖੋ ਜੀ ਅਗਰ ਕਿਸੇ ਨੂੰ ਇਹ ਪ੍ਰੋਡਕਟ ਦੀ ਲੋੜ ਹੈਗੀ ਆ ਜੀ ਸਾਡਾ ਚੰਡੀਗੜ੍ਹ ਰੋਡ ਦੇ ਉੱਪਰ ਜਦੋਂ ਆਪਾਂ ਜਲੰਧਰ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਨੇੜੇ ਲੰਗੜੋਆ ਬਾਈਪਾਸ ਹੈਗਾ ਲੰਗੜੋਏ ਔਰ ਜਾੜਲੇ ਦੇ ਬਿਲਕੁਲ ਗੱਬੇ ਪਿੰਡ ਸੁਨਾਵਾ ਸਾਡਾ ਜੀ ਸਨਾਵੇ ਪਿੰਡ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਕੋਲ ਸਾਡਾ ਆਫਿਸ ਹੈਗਾ ਆ ਉੱਥੋਂ ਸਾਡਾ ਤੇਲ ਇਹ 625 ਰੁਪਏ ਦੀ ਇੱਕ ਬੋਤਲ ਹੁੰਦੀ ਆ ਇੱਕ ਬੋਤਲ ਇੱਕ ਮਹੀਨਾ ਚੱਲਦੀ ਹੈਗੇ ਅਗਰ ਤਾਂ ਕਿਸੇ ਬਾਲ ਛੱਡਦੇ ਆ ਇੱਕ ਬੋਤਲ ਨਾਲ ਹੱਲ ਹੋ ਜਾਂਦਾ ਮਤਲਬ ਸਿਰਫ 625 ਰੁਪਏ ਦੇ ਵਿੱਚ ਹਾਂ ਸਿਰਫ 625 ਰੁਪਏ ਦੇ ਵਿੱਚ ਚਲ ਇੱਕ ਮਹੀਨਾ ਚੱਲਦੀ ਹੈ 625 ਰੁਪਏ ਦੇ ਵਿੱਚ ਇੱਕ ਮਹੀਨਾ ਚੱਲੇਗੀ ਸਾਡੀ ਬੋਤਲ ਇਹ ਹਾਂਜੀ ਤੇ ਬਾਈ ਜੀ ਕਈ ਵਾਰ ਦੂਰ ਬੰਦੇ ਬੈਠੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਭੇਜਦੇ ਹੋ ਘਰੋਂ ਇੱਥੋਂ ਦੇਖੋ ਉਹਨਾਂ ਨੂੰ ਆਪਾਂ ਕੋਰੀਅਰਾਂ ਹੀ ਭੇਜ ਸਕਦੇ ਹਾਂ ਮਤਲਬ ਰਾਜਸਥਾਨ ਜਾਣਾ ਹੈਗਾ ਸਾਡਾ ਪੰਜਾਬ ਵਿੱਚ ਮਤਲਬ ਕਿਸੇ ਕੋਨੇ ਦੇ ਉੱਪਰ ਵੈਸੇ ਤਾਂ ਹੁਣ ਆਪਾਂ ਹੌਲੀ-ਹੌਲੀ ਇਹਨਾਂ ਦੇ ਆਪਾਂ ਡਿਸਟਰੀਬਿਊਟਰ ਡੀਲਰ ਬਣਾ ਰਹੇ ਹਾਂ ਅਗਰ ਕੋਈ ਬੰਦਾ ਡਿਸਟਰੀਬਿਊਟਰ ਡੀਲਰ ਬਣਨ ਦਾ ਚਾਹਵਾਨ ਹੋਵੇ ਤੇ ਸਾਨੂੰ ਇਹਨਾਂ ਜਿਹੜਾ ਨੰਬਰਾਂ ਦੇ ਉੱਪਰ ਜਿਹੜਾ ਸਾਡੇ ਚੱਲਦੇ ਡਿਸਪਲੇ ਉੱਪਰ ਨੰਬਰ ਉਹਨਾਂ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਹੈਗੇ ਆ। ਅਗਰ ਕਿਸ ਨੂੰ ਤੇਲ ਦੀ ਜ਼ਰੂਰਤ ਹੈਗੀ ਆ ਤੇਲ ਲੈਣ ਦਾ ਕੋਈ ਚਾਹਵਾਨ ਹੋਵੇ ਅਸੀਂ ਉਹ ਤੇਲ ਵਾਸਤੇ ਵੀ ਉੱਪਰ ਨੰਬਰ ਚੱਲਦੇ ਪਏ ਆ ਸਕਰੀਨ ਦੇ ਉੱਪਰ ਉਹ ਸਾਡੇ ਕੋਲੋਂ ਲੈ ਸਕਦਾ। ਕੋਈ ਨੰਬਰ ਬੋਲ ਦਿਓ ਮੈਂ ਕਿਹਾ ਦਰਸ਼ਕਾਂ ਨੂੰ। ਦੇਖੋ ਸਾਡੇ ਜਿਹੜੇ ਨੰਬਰ ਹੈਗਾ 84275 37655 ਠੀਕ ਹੈ 99154 85219 ਜੀ ਠੀਕ ਹੈ 81464 55393 ਠੀਕ ਹੈ ਇਹ ਤਿੰਨ ਨੰਬਰ ਹੈਗੇ ਸਾਡੇ ਸੋ ਜਿਹੜੇ ਵੀ ਦਰਸ਼ਕੀ ਵੀਡੀਓ ਨੂੰ ਦੇਖ ਰਹੇ ਨੇ ਨੰਬਰ ਅਸੀਂ ਉੱਪਰ ਵੀ ਡਿਸਪਲੇ ਕਰ ਦਾਂਗੇ ਕਰ ਦਾਂਗੇ ਜਿਨ੍ਹਾਂ ਨੂੰ ਵੀ ਕੋਈ ਵਾਲਾਂ ਦੇ ਨਾਲ ਜੁੜੀਆਂ ਹੋਈਆਂ ਪ੍ਰੋਬਲਮ ਨੇ ਤਾਂ ਇੱਕ ਵਾਰੀ ਵਿਜੇ ਜੀ ਨਾਲ ਜ਼ਰੂਰ ਸੰਪਰਕ ਕਰਨ ਕਿਉਂਕਿ ਤੁਹਾਡੀਆਂ ਜਿਹੜੀਆਂ ਵਾਲਾਂ ਦੀਆਂ ਪ੍ਰੋਬਲਮ ਨੇ ਇੱਥੇ ਹੱਲ ਹੋ ਸਕਦੀਆਂ ਨੇ ਸਿਰਫ 625 ਰੁਪਏ ਦੇ ਵਿੱਚ ਵਾਲਾਂ ਦੀਆਂ ਸਿੱਕਰੀ ਦੀ ਗੱਲ ਕਰ ਲਈਏ ਗੰਜੇਪਣ ਦੀ ਗੱਲ ਕਰ ਲਈਏ ਵਾਲ ਛੱਡਦੇ ਨੇ ਉਮਰ ਤੋਂ ਪਹਿਲਾਂ ਸਫੇਦ ਹੋ ਜਾਂਦੇ ਨੇ ਸਾਰੀਆਂ ਬੁਮਾਰੀਆਂ ਦੇ ਹੱਲ ਸਿਰਫ 625 ਰੁਪਏ ਦੇ ਵਿੱਚ ਮਿਲਣਗੇ ਗਰੋਅ ਅਪ ਪਲੱਸ ਤੇਲ ਦੇ ਨਾਲ ਇੱਥੇ ਨਾ ਕੁਝ ਕਸਟਮਰ ਨਾ ਤੇਲ ਲੈਣ ਦੀ ਲਿਆ ਹੋਏ ਸੀ ਉਹਨਾਂ ਦੇ ਕੋਲ ਨਾਲ ਗੱਲਬਾਤ ਵੀ ਕਰਾਂਗੇ ਜਾਣਾਂਗੇ ਕੀ ਪ੍ਰੋਬਲਮ ਸੀ ਤੇ ਕਦ ਲਈ ਤੇਲ ਲੈਣਾ ਨੇ ਮੈਮ ਪਹਿਲਾਂ ਤਾਂ ਸਵਾਗਤ ਆ ਬ੍ਰੇਕ ਨਿਊਜ਼ ਪੰਜਾਬ ਚਾਹ ਜੀ ਥੈਂਕ ਯੂ ਕੀ ਪ੍ਰੋਬਲਮ ਸੀ ਮੈਂ ਮੈਂ ਤੁਹਾਨੂੰ ਮੈਨੂੰ ਐਕਚੁਅਲੀ ਡੈਂਡਰਫ ਸੀਗਾ ਬਹੁਤ ਜ਼ਿਆਦਾ ਤੇ ਮੇਰੇ ਵਾਲ ਵੀ ਝੜਦੇ ਪਏ ਸੀ ਬਹੁਤ ਜ਼ਿਆਦਾ ਜੀ ਤੇ ਫਿਰ ਮੇਰੇ ਫਰੈਂਡ ਸੀ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਪਹਿਲਾਂ ਤਾਂ ਉਹਨਾਂ ਨੇ ਲੈਣਾ ਸਟਾਰਟ ਕੀਤਾ ਸੀਗਾ ਤੇ ਫਿਰ ਮੈਨੂੰ ਮੈਂ ਕਿਹਾ ਪਹਿਲਾਂ ਤੁਸੀਂ ਲੈ ਲਓ ਨਾ ਤੁਹਾਡਾ ਵੀ ਰਿਵਿਊ ਦੇਖ ਲੈਣੇ ਆ ਕਿਦਾਂ ਆ ਫਿਰ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਫਿਰ ਮੈਨੂੰ ਵੀ ਹੁਣ 1 1/2 ਮੰਥ ਹੋ ਗਿਆ ਵਾ ਤੇ ਹੁਣ ਡੈਂਡਰਫ ਤਾਂ ਹੁਣ ਬਿਲਕੁਲ ਹੈ ਨਹੀਂਗਾ ਤੇ ਹੁਣ ਮੈਂ ਵੀ ਅੱਜ ਫੇਰ ਦੁਬਾਰਾ ਲੈਣ ਆਈ ਸੀ ਤੇ ਫਿਰ ਇੱਕ ਮਹੀਨੇ ਦੇ ਵਿੱਚ ਰਿਜ਼ਲਟ ਮਿਲ ਗਿਆ ਹਾਂਜੀ ਇੱਕ ਮਹੀਨੇ ਵਿੱਚ ਤੇ ਫਿਰ ਮੈਨੂੰ ਹੋਰ ਮੈਂ ਕਿਹਾ ਚਲੋ ਹੁਣ ਵਧੀਆ ਰਿਜ਼ਲਟ ਮਿਲ ਗਿਆ ਤਾਂ ਹੁਣ ਹੋਰ ਲੈ ਜਾਂਦੇ ਆ ਤਾਂ ਫਿਰ ਮੈਂ ਆਈ ਸੀ ਲੈਣ ਅੱਜ ਤੇ ਫਿਰ ਐਕਚੁਅਲੀ ਤੁਸੀਂ ਹਾਂ ਤੁਸੀਂ ਵੀ ਵੀ ਸੀ ਤਾਂ ਗੈਂਡਰ ਵੀ ਉਹ ਵੀ ਦੇ ਦੋ ਆਪਣਾ ਮੈਂ ਕਹਾਂ ਜਰੂਰ ਦੇਣੀ ਕੋਈ ਪ੍ਰੋਡਕਟ ਵਰਤੇ ਹੋਣੇ ਤੁਸੀਂ ਹਾਂਜੀ ਬਹੁਤ ਵਾਰ ਤੇ ਮੈਂ ਪ੍ਰੋਡਕਟ ਤਾਂ ਮੈਨੂੰ ਜਦੋਂ ਬਹੁਤ ਜਾਣਿਆਂ ਨੇ ਦੱਸਿਆ ਸੀ ਤਾਂ ਇੰਟਰਨੈਟ ਤਾਂ ਆਪਾਂ ਦੇਖਦੇ ਰਹਿੰਦੇ ਹਾਂ ਹੁਣ ਦੇਖ ਕੇ ਤੁਹਾਨੂੰ ਪਤਾ ਹੈ ਹੁਣ ਲੈ ਲੈਂਦੇ ਆ ਪ੍ਰੋਡਕਟ ਤੇ ਮੈਨੂੰ ਮੈਨੂੰ ਨਾ ਨੇ ਵਧੀਆ ਰਿਜ਼ਲਟ ਨਹੀਂ ਮਿਲਿਆ ਮੈਨੂੰ ਤੇ ਕਾਫੀ ਮੇਰੇ ਡੈਂਡਰਫ ਹੋ ਗਿਆ ਸੀਗਾ ਤੇ ਵਾਲ ਵੀ ਝੜਨ ਲੱਗੇ ਫਿਰ ਮੈਂ ਛੱਡ ਦਿੱਤੇ ਸਾਰੇ ਪ੍ਰੋਡਕਟ ਫਿਰ ਹਨ ਮੇਰੇ ਫਰੈਂਡ ਨੇ ਰეკਮੈਂਡ ਕੀਤਾ ਸੀਗਾ ਪਹਿਲਾਂ ਤਾਂ ਮੈਂ ਨਾ ਕਰ ਦਿੱਤੀ ਮੈਂ ਕਿ ਨਹੀਂ ਫਿਰ ਬਾਅਦ ਵਿੱਚ ਜਦੋਂ ਨਾ ਤਾਂ ਮੈਂ ਰਿਵਿਊ ਦੇਖਿਆ ਰਿਜ਼ਲਟ ਦੇਖਿਆ ਤਾਂ ਫਿਰ ਮੈਂ ਆਪਣੇ ਵੀ ਰეკਮੈਂਡ ਮੈਨੂੰ ਕੀਤਾ ਫਿਰ ਉਹ ਮੈਨੂੰ ਦੱਸਿਆ ਉਹਨਾਂ ਨੇ ਤਾਂ ਮੈਂ ਆਈ ਸੀ ਇੱਥੇ ਲੈਣ ਹਾਂਜੀ ਸੋ ਤੁਸੀਂ ਆਪਣੇ ਆਪ ਦੇਖ ਰਹੇ ਹੋ ਵੀ ਲੋਕਾਂ ਨੂੰ ਰਿਜ਼ਲਟ ਵੀ ਮਿਲ ਰਹੇ ਨੇ ਮੈਮ ਕੀ ਪ੍ਰੋਬਲਮ ਸੀ ਵਾਲਾਂ ਦੀ ਤੁਹਾਨੂੰ ਪਹਿਲਾਂ ਦਾ ਹਾਂਜੀ ਮੈਨੂੰ ਨਾ ਮੇਰੇ ਵਾਲ ਜਿਆਦਾ ਬਹੁਤ ਜ਼ਿਆਦਾ ਗਿਰਦੇ ਸੀਗੇ ਤੇ ਸਫੇਦ ਤੇ ਤੇਲ ਵਰਤਣਾ ਸ਼ੁਰੂ ਕੀਤਾ ਤੇ ਬਹੁਤ ਜ਼ਿਆਦਾ ਫਰਕ ਪਿਆ ਆ ਹਾਂਜੀ ਮੇਰੇ ਵਾਲ ਬਹੁਤ ਸਹੀ ਤੇ ਲੰਬੇ ਵੀ ਹੋ ਰਹੇ ਨੇ ਚ ਲੰਬੇ ਵੀ ਹੋ ਰਹੇ ਨੇ ਹਾਂਜੀ ਕਿੰਨੇ ਟਾਈਮ ਤੋਂ ਸੀਗੀ ਪ੍ਰੋਬਲਮ ਵਾਲਾਂ ਦੀ ਇਹ ਥੋੜੇ ਟਾਈਮ ਤੋਂ ਹੀ ਸੀ ਵੈਸੇ ਤਿੰਨ ਕੁ ਮਹੀਨਾ ਹੋਇਆ ਮੈਨੇ ਵਾਲਾਂ ਨੂੰ ਫਰਕ ਪਿਆ ਹੁਣ ਕਿੰਨਾ ਟਾਈਮ ਹੋ ਗਿਆ ਤੇਲ ਵਰਤਦੇ ਦਿਆਂ ਨੂੰ ਤਰੀ 3 ਮਹੀਨੇ ਦੇ ਵਿੱਚ ਵਾਲਾਂ ਦੀ ਇੱਕ ਵਾਰੀ ਮੈਂ ਪਵਨ ਵੀਡੀਓ ਜ਼ਰੂਰ ਦਿਖਾ ਦੇ ਵਾਲਾਂ ਦੀ ਇੱਕ ਵਾਰੀ ਵੀ ਮੈਂ ਇੱਕ ਵਾਰੀ ਘੁੰਮ ਕੇ ਦਿਖਾ ਦੋ ਵਾਲ ਹੁਣ ਜਿਹੜੇ ਵਾਲ ਹੁਣ ਹੁਣ ਤਾਂ ਨਹੀਂ ਛੱਡਦੀ ਨਹੀਂ ਨਹੀਂ ਹੁਣ ਠੀਕ ਆ ਬਿਲਕੁਲ ਠੀਕ ਆ ਤੇ ਸਫੇਦ ਸੀਗੇ ਵਾਲ ਜਿਹੜੇ ਹਾਂਜੀ ਸਫੇਦ ਉਹਨਾਂ ਦਾ ਫਰਕ ਪੈ ਰਿਹਾ ਹੈ ਜੀ ਉਹਨਾਂ ਦਾ ਹੀ ਫਰਕ ਪੈ ਗਿਆ ਹਾਂਜੀ ਸਿਰਫ 3 ਮਹੀਨੇ ਦੇ ਵਿੱਚ ਦੇਖ ਸਕਦੇ ਹੋ ਵਾਲਾਂ ਦਾ ਫਰਕ ਕਿੱਥੋਂ ਤੋਂ ਕੀ ਅੱਜ ਵਾਲਾਂ ਦੇ ਜਿਹੜਾ ਤੁਸੀਂ ਹਲਾ ਦੇਖ ਸਕਦੇ ਹੋ ਵਾਲ ਸਫੇਦ ਵੀ ਹੁੰਦੇ ਸੀਗੇ ਪਹਿਲਾਂ ਤੇ ਵਾਲ ਝੜਦੇ ਵੀ ਸੀ ਉਹ ਵੀ हट ਚੁੱਕ ਨੇ ਝੜਨੇ ਇੱਥੇ ਭੈਣ ਹੁਣੀ ਪਹੁੰਚੀ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਹੋਰ ਵੀ ਕਿੰਨੇ ਹੀ ਕਸਟਮਰ ਪਹੁੰਚਦੇ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਇੱਥੇ ਬਾਈ ਮੌਜੂਦਾ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕੀ ਪ੍ਰੋਬਲਮਾਂ ਵਾਲਾਂ ਦੀ ਤੁਹਾਨੂੰ ਸਰ ਮੇਰੇ ਵਾਲ ਬਹੁਤ ਝੜਦੇ ਸੀਗੇ ਪਹਿਲਾਂ ਖਾਸ ਕਰਕੇ ਮੈਂ ਬੀਡ ਲਈ ਲੇ ਸੀ ਤੇਲ ਹੀ ਹੂੰ 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 ਬਾਲ ਮੇਨੇ ਛੱਡਦੇ ਸੀ ਚਿੱਟੇ ਬਹੁਤ ਡੈਂਟ੍ਰੋਫੀ ਬਹੁਤ ਸੀਗਾ ਨਹੀਂ ਇਹ ਮੇਰੇ ਦੋਸਤ ਨੇ ਸੁਜੈਸਟ ਕੀਤਾ ਸੀ ਮੈਨੂੰ ਤੇਲ ਹੂੰ ਹੂੰ ਉਸ ਤੋਂ ਬਾਅਦ ਮੈਂ ਲਗਭਗ 4 ਮਨთ ਇਸ ਨੂੰ ਯੂਜ਼ ਕੀਤਾ ਨਹੀਂ ਉਸ ਤੋਂ ਬਾਅਦ ਰਿਜ਼ਲਟ ਮੇਰਾ ਬਹੁਤ ਵਧੀਆ ਹੈ ਹੂੰ ਹੂੰ ਤੇ ਮੇਰੇ ਬਾਲ ਵਾਈਟ ਤੋਂ ਬਲੈਕ ਹੋ ਗਏ ਹੂੰ ਤੇ ਡੈਂਟ੍ਰੋਫੀ ਨਹੀਂ ਹੁੰਦਾ ਹੈਗਾ ਹੁਣ ਤੇ ਬੀਅਰਡ ਵੀ ਆਉਣੀ ਸ਼ੁਰੂ ਹੋ ਗਈ ਹੈ ਮਤਲਬ ਇਹਦੇ ਨਾਲ ਦਾੜੀ ਵੀ ਆਉਣੀ ਸ਼ੁਰੂ ਹੋ ਗਈ ਹੈ ਇਸ ਤੇਲ ਦੇ ਨਾਲ ਦਾੜੀ ਦੇ ਵਿੱਚ ਵੀ ਫਰਕ ਪੈ ਗਿਆ ਹੈ ਹਾਂਜੀ ਸਰ ਦਾੜੀ ਵੀ ਮਰੇਉਣ ਲਈ ਕਿੰਨਾ ਟਾਈਮ ਹੋ ਗਿਆ ਬਾਈ ਵਰਤ ਸਰ ਮੈਨੂੰ 4 ਮਹੀਨੇ ਹੋ ਗਏ ਅੱਛਾ ਪਤਾ ਕਿਵੇਂ ਲੱਗਿਆ ਸੀਗਾ ਵੀ ਇਹ ਤੇਲ ਇੱਥੇ ਨਾਲ ਮੇਰੇ ਫਰੈਂਡ ਨੇ ਸਜੈਸਟ ਕੀਤਾ ਸੀ ਮੈਨੂੰ ਉਹ ਉਹਨਾਂ ਦੀ ਫੈਮਿਲੀ ਫੈਮਿਲੀ ਚੋਂ ਫਰੈਂਡ ਫਰੈਂਡ ਜਿਸ ਨਾਲ ਸੀ ਸੋ ਦਰਸ਼ਕੋ ਜੇਦੋਂ ਨਾ ਕੋਈ ਇੱਕ ਬੰਦਾ ਵਰਤਦਾ ਤਾਂ ਅੱਗੇ ਜ਼ਰੂਰ ਦੱਸਦਾ ਜਦੋਂ ਕੋਈ ਚੀਜ਼ ਵਧੀਆ ਹੁੰਦੀ ਆ ਇਹ ਵੀਰ ਨੂੰ ਵੀ ਕਿਸੇ ਨੇ ਇੱਥੇ ਭੇਜਿਆ ਵਾ ਕਿਉਂਕਿ ਪਹਿਲਾਂ ਕਿਸੇ ਨੇ ਵਰਤਿਆ ਆਉਣਾ ਇਹ ਗਰੋਅ ਅਪ ਤੇਲ ਤਾਂ ਬਾਈ ਵੀ ਇੱਥੇ ਪਹੁੰਚਿਆ ਬਾਈ ਨੂੰ ਵੀ ਵਾਲਾਂ ਦਾ ਫਰਕ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਨਹੀਂ ਬਾਈ ਝੜਦੇ ਵਾਲ ਨਹੀਂ ਸਰ ਹੁਣ ਨਹੀਂ ਝੜਦੇ ਵਾਲ ਜੀ ਇੱਕ ਸਾਡੇ ਉਹ ਰਿਜ਼ਲਟਾ ਜਿਹੜੇ 100% ਇੱਥੇ ਮਿਲ ਰਹੇ ਨੇ ਗਰੋ ਅਪ ਤੇ ਤੇਲ ਦੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਇਸ ਤੇਲ ਨੂੰ ਇੱਕ ਵਾਰੀ ਵਰਤ ਕੇ ਦੇਖੋ ਤਾਂ ਜੋ ਤੁਹਾਡੀਆਂ ਵੀ ਪ੍ਰੋਬਲਮ ਹੱਲ ਹੋ ਸਕਣ ਤੇ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਬ੍ਰੇਕਿੰਗ ਪੰਜਾਬ ਚੈਨਲ ਦੇ ਨਾਲ ਮੇਰੇ ਨਾਲ ਨੇ ਮੇਰੇ ਕੈਮਰਾ ਪਰਸਨ ਪਵਨ ਸਿੱਧੂ ਬ੍ਰੇਕ ਨਿਊਜ਼ ਪੰਜਾਬ ਨਮਸਕਾਰ